ਕੁੜੀ ਤਾਂ ਸੋਹਣੀ ਹੈ ਨਾ। ਹਾਂ, ਕੁੜੀ ਤਾਂ ਸੋਹਣੀ ਵੀ ਹੈ, ਸਿਆਣੀ ਵੀ ਹੈ, ਨਾਲੇ ਆਪਣੇ ਪਰਿਵਾਰ ਦੇ ਵਿੱਚ ਰਚ ਮਚ ਜੂਗੀ। ਸਹੀ ਗੱਲ ਹੈ। ਲੈ ਸ਼ੇਰਾ ਫਿਰ ਕਰੀਏ ਵਿਹਾਰ, ਮੈਨੂੰ ਤਾਂ ਭਾਈ ਕੁੜੀ ਪਸੰਦ ਹੈ, ਹੁਣ ਤੁਸੀਂ ਦੇਖ ਲਓ ਭਾਈ, ਕੱਲ ਨੂੰ ਨਾ ਫਿਰ ਨਗੋਚਾਂ ਕੱਢੀ ਜਾਇਓ ਕਿਸੇ ਗੱਲਾਂ 'ਚ। ਨਗੋਚਾਂ ਕਿਹਨੇ ਕੱਢਣੀਆਂ ਨੇਗੀਆਂ, ਕੁੜੀ ਪਸੰਦ ਹੈ ਤਾਂ ਹੀ ਸਾਗਨ ਦਾ ਵਿਹਾਰ ਕਰ ਦਿਆਂਗੇ, ਤਾਂ ਹੀ ਸਮਾਨ ਲੈ ਕੇ ਆਏ, ਲੈ ਸਵਾਈ ਲੱਗੀ ਹੋ ਪੁੱਤ, ਹੈ ਨਾ। ਹਾਂ, ਮੈਂ ਲੈ 10:15 ਹੋ ਗਏ ਨਾ। ਹਾਂ ਹਾਂ, ਲੈ ਠੀਕ, ਲੈ ਫਿਰ ਭਾਬੀ ਕਰ ਦੇ ਵਿਹਾਰ, ਲੈ ਕੇ ਰੱਬ ਦਾ ਨਾਂ ਲੈ ਜਮਾ, ਇੱਕ ਮਿੰਟ ਵੀ ਉੱਤੇ ਨਹੀਂ ਹੈਗਾ। ਹਾਂ ਸਹੀ ਗੱਲ ਹੈ, ਸੱਜੇ ਹੱਥੇ ਬੰਦ ਹੁੰਦੇ ਨੇ। ਹਾਂ ਹਾਂ, ਸੱਜੇ ਤੇ। ਚੱਲ ਭਾਈ ਵਾਹਿਗੁਰੂ ਸਤਨਾਮ, ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੀ, ਜਵਾਕਾਂ ਦੀ ਜੋੜੀ ਸਲਾਮਤ ਰੱਖੀ, ਨਹਾਉਣ ਪੁੱਤੀ ਫੜਨ। ਸਹੀ ਗੱਲ ਹੈ, ਆਹ ਫਲਕਾਰੀ ਦੇ ਭਾਬੀ, ਸੁੱਖ ਨਾ ਬੁਲਾਈ, ਸੋਹਣੀ ਹੈ ਤੇਰੀ ਨੂੰਹ ਤਾਂ, ਤੇਰੇ ਵਰਗੀ ਪਾਤਲੀ ਪਤਲੀ ਭਾਬੀ। ਚਾਲ ਮੂੰਹ ਜਿਠਾ ਦੇ ਭਾਬੀ। ਲੈ ਪੁੱਤ, ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ, ਪਤਾਸਾ ਵੀ ਪਾ ਦੇ ਭਾਬੀ ਮਾੜਾ ਜਿਹਾ, ਸਾਗਣ ਹੀ ਹੁੰਦਾ ਇਹਦਾ ਤਾਂ। ਹਾਂ, ਆਪਣੇ ਹਰਜੀਤ ਦਾ ਮੂੰਹ ਜਿਠਾ ਦੇ। ਚਾਲ ਵਧੀਆ ਹੋ ਗਿਆ, ਲੈ ਮੈਨੂੰ ਸਾਗਣ ਦਿਓ, ਸਾਗਣ ਦੇ ਦੇ ਲੈ ਪੁੱਤ, ਲੈ ਚਾਲ ਜਿਉਂਦੇ ਵਾਸਤੇ ਰਹੋ ਪੁੱਤ। ਐਂ ਕਰ ਭਾਬੀ, ਲੈ ਹੁਣ ਤੂੰ ਵੀ ਮੂੰਹ ਜਿਠਾ ਦੇ ਤੇ ਖੜੀ ਹੋ ਜਾ, ਨਾਲੇ ਦੇ ਦੇ ਸਾਗਣ। ਠੀਕ ਹੈ। ਨਹੀਂ ਅਮਨ, ਮੇਰੀ ਗੱਲ ਸੁਣ, ਨਹੀਂ ਭੈਣੇ ਤੂੰ ਮੂੰਹ ਨਾ ਜਿਠਾਈ ਤੇ ਤੂੰ ਸਾਗਣ ਦੇ ਦੇ ਭਾਈ, ਮੈਨੂੰ ਤਾਂ ਵਹਿਮ ਹੈ ਦੇਖੇ ਇਸ ਗੱਲ ਤੋਂ। ਚੱਲ ਕੋਈ ਨਾ ਭੈਣੇ, ਹੋਰ ਭਾਬੀ ਕੋਈ ਗੱਲ ਹੈ, ਕਾਹਦਾ ਵਹਿਮ ਹੈ ਤੈਨੂੰ? ਓਹੋ ਤੈਨੂੰ ਪਤਾ ਹੀ ਹੈ ਅਮਨ ਹੁਣ। ਓਹੋ ਕੋਈ ਨਾ ਭੈਣ, ਸਹੀ ਕਹਿੰਦੀ ਹੈ, ਕੋਈ ਗੱਲ ਨਹੀਂ, ਆ ਦੇਖ ਜਾ ਤੂੰ ਸਾਗਣ ਪਾ ਦੇ। ਇਹਦੀ ਤਾਂ ਨਹੀਂ ਦੇਹਲੀ ਵਧੀ, ਚੱਲ ਹੁਣ ਮੈਂ ਤਾਂ ਆਪਦੀ ਭਾਈ ਸੁੱਖ ਪਾੜਦੀ ਆਪਦੇ ਜਵਾਕਾਂ ਦੀ, ਮੇਰੀ ਤਾਂ ਦੇਹਲੀ ਵਧੇ। ਕੋਈ ਗੱਲ ਨਹੀਂ ਭਾਬੀ, ਲੈ ਮੈਨੂੰ ਵੀ ਸਾਗਣੀ ਦੇ ਦੋ, ਮੈਂ ਸਾਗਣੀ ਪਾਣੀ। ਚੱਲ ਤੂੰ ਤਾਂ ਮੂੰਹ ਜਿਠਾ ਦੇ। ਕੋਈ ਨਹੀਂ ਕੋਈ, ਤੂੰ ਮੂੰਹ ਜਿਠਾ ਤਾਂ, ਇੱਕੋ ਹੀ ਗੱਲ ਹੈ। ਹੈਲੋ ਵਾਹਿਗੁਰੂ, ਚੱਲ ਪਰਮਾਤਮਾ ਠੀਕ ਰੱਖੇ, ਚੱਲ ਮੂੰਹ ਜਿਠਾ ਦੇ ਬਾਈ, ਆ ਲੈ ਤੁਸੀਂ ਵੀ ਦੇ ਦਿਓ ਸਾਗਣ। ਚੱਲ ਕੋਈ ਨਹੀਂ, ਵਧਾਈਆਂ ਬਾਈ ਤੈਨੂੰ ਬਹੁਤ ਬਹੁਤ, ਚੱਲ ਤੂੰ ਵੀ ਭਾਈ ਨੂੰਹ ਵਾਲਾ ਹੋ ਗਿਆ, ਵਧਾਈਆਂ ਭਾਬੀ ਤੈਨੂੰ, ਵਾਲੀਆਂ ਵਾਲੀਆਂ ਮਹਾਰਾਜ ਸੋਨੂੰ ਵੀ ਵਧਾਵੇ ਭਾਈ, ਵਧਾਈਆਂ ਭੈਣੇ ਤੈਨੂੰ ਬਾਈ, ਤੁਹਾਨੂੰ ਵੀ ਵਧਾਈਆਂ, ਵਧਾਈਆਂ ਭਾਈ, ਵਧਾਈਆਂ ਸੋਨ ਸਾਰਿਆਂ ਨੂੰ, ਬਹੁਤ ਸੋਹਣਾ ਕੰਮ ਬਣ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਨਾਲ, ਹਰੇਕ ਦੇ ਧੀਆਂ ਪੁੱਤਾਂ ਦਾ ਭਾਈ, ਪਰਮਾਤਮਾ ਐਂ ਕਰੇ ਉਮਰ ਸਿਰ। ਸਹੀ ਗੱਲ ਹੈ, ਇਹ ਤਾਂ ਗੱਲ ਹੈਗੀ ਹੈਗੀ। ਲੈ ਪੁੱਤ ਤੂੰ ਵੀ ਵਿਹਾਰ ਕਰ ਦੇ, ਖੰਮਣੀ ਬੰਨ ਦੇ। ਹਾਂ ਖੰਮਣੀ ਬੰਨ ਦੇ ਬਾਈ, ਤੂੰ ਇੱਧਰ ਹਰਜੀਤ ਦੇ ਬੰਨ ਦੇ ਖੰਮਣੀ। ਹਾਂ ਇੱਧਰ ਦੀ ਆ ਜਾ ਬਾਈ, ਕੋਈ ਨਹੀਂ ਇੱਧਰ ਦੀ ਆ ਕੇ ਬੰਨ ਦੇ, ਇਹਨੂੰ ਵਿਚਾਰੇ ਨੂੰ ਕਿਹੜਾ ਪਤਾ ਹੈਗਾ, ਜੇ ਤਾਂ ਹੁਣ ਉਹੀ ਗੱਲ ਹੈ, ਵੱਡਾ ਬੰਦਾ ਹੋਵੇ ਕੋਈ ਫਿਰ ਤਾਂ ਹੈ। ਸਹੀ ਗੱਲ ਹੈ, ਨਿਆਣਿਆਂ ਦੇ ਫਿਰ ਹੁਣ ਉਹੀ ਗੱਲ, ਚਲੋ ਜੋ ਪਰਮਾਤਮਾ ਨੂੰ ਭਾਈ ਮਨਜ਼ੂਰ ਹੁੰਦਾ ਉਹੀ ਹੁੰਦਾ ਹੈ। ਹਾਂ ਹਾਂ ਬੰਨ ਦੇ ਬਾਈ ਖੰਮਣੀ, ਬਸ ਨਹੀਂ ਹੁੰਦੀ ਹੈਗੀ ਗੱਲ, ਇਹ ਤਾਂ ਗੱਲ ਹੈ, ਉਹ ਜਾਣੇ ਦੋ ਗੰਢਾਂ ਦੇ ਦੇ ਬਾਈ, ਜਿਹੜਾ ਕੋਈ ਸਾਗਣ ਵਿਹਾਰ ਦੇਣਾ ਬਾਈ ਉਹ ਦੇ ਦੇ। ਚੱਲ ਠੀਕ ਹੈ ਬਾਈ, ਬਹਿ ਜਾ ਕੋਈ।
ਕੀ ਹੈ, ਨਿਆਣੇ ਸਿਆਣੇ ਨੇ ਵਿਚਾਰੇ ਨੇ ਇਹਨੇ ਤਾਂ ਆਪਦਾ ਫਰਜ਼ ਪੂਰਾ ਕਰਨਾ ਹੀ ਹੈ। ਹੈ ਸਹੀ ਗੱਲ ਹੈ, ਜੋ ਵਾਹਿਗੁਰੂ ਨੂੰ ਮਨਜ਼ੂਰ ਸੀ ਉਹ ਤਾਂ ਹੋ ਗਿਆ। ਲਓ ਜੀ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਮੈਂ ਮੇਰੀ ਭੈਣ ਨੂੰ ਬਹੁਤ ਲਾਡਾਂ ਨਾਲ ਪਾਲਿਆ। ਸਾਡੇ ਮਾਂ ਪਿਓ ਸਾਨੂੰ ਛੋਟੇ ਛੋਟੇ ਹੁੰਦਿਆਂ ਨੂੰ ਛੱਡ ਕੇ ਤੁਰ ਗਏ ਸੀ। ਜੇ ਮੇਰੀ ਭੈਣ ਤੋਂ ਕੋਈ ਵੀ ਗਲਤੀ ਹੁੰਦੀ ਹੈ ਤਾਂ ਮੇਰੀ ਭੈਣ ਨੂੰ ਤੁਸੀਂ ਆਪਣੀ ਬੱਚੀ ਸਮਝ ਕੇ ਮਾਫ਼ ਕਰ ਦਿਓ। ਹੁਣ ਤੁਸੀਂ ਸਾਡੇ ਮਾਂ ਪਿਓ। ਉਹ ਛੇਰਾ, ਕਿਉਂ ਫਿਕਰ ਕਰਦਾ ਭਾਈ ਤੂੰ? ਅਸੀਂ ਇਹਨੂੰ ਨੂੰਹ ਨਹੀਂ ਆਪਦੀ ਧੀ ਬਣਾ ਕੇ ਰੱਖਾਂਗੇ ਭਾਈ। ਸ਼ੁਕਰ ਆ ਜੀ ਵਾਹਿਗੁਰੂ ਦਾ, ਸਾਨੂੰ ਇਹ ਬਹੁਤ ਵਧੀਆ ਪਰਿਵਾਰ ਮਿਲਿਆ। ਮੈਂ ਚਾਹੁੰਦਾ ਸੀ, ਅਰਦਾਸ ਕਰਦਾ ਸੀ ਪਰਮਾਤਮਾ ਮੂਹਰੇ ਵੀ ਮੇਰੀ ਭੈਣ ਨੂੰ ਇਹੋ ਜਿਹਾ ਬਹੁਤ ਵਧੀਆ ਪਰਿਵਾਰ ਮਿਲੇ। ਲੈ ਚਲੋ, ਆਹ ਤਾਂ ਬਹੁਤ ਸੋਹਣਾ ਹੋ ਗਿਆ ਸਾਰਾ ਬਾਈ। ਹੁਣ ਆਪਾਂ ਐਂ ਕਹਿੰਦੀ ਸੀ ਮੈਂ ਤਾਂ ਵੀ ਵਿਆਹ ਦੀ ਗੱਲ ਵੀ ਕਰ ਲੈਂਦੇ, ਫਿਰ ਕਦੋਂ ਕਰਨਾ? ਸਹੀ ਗੱਲ ਹੈ, ਹੁਣ ਸਾਰੇ ਬੈਠੇ ਨੇ, ਤਰੀਕ ਫਾਈਨਲ ਕਰ ਹੀ ਦਿਓ। ਨਹੀਂ ਬਾਈ, ਐਂ ਨਹੀਂ ਤਰੀਕ ਫਾਈਨਲ ਹੁੰਦੀ ਹੈਗੀ, ਉਹ ਤਾਂ ਆਪਾਂ ਦਿਨ ਕਢਾਵਾਂਗੇ ਬਾਬੇ ਤੋਂ। ਹਾਂ ਤੁਸੀਂ ਦਿਨ ਕਢਵਾ ਲਿਓ ਜੀ, ਜਿਵੇਂ ਕਹੋਗੇ ਸਾਨੂੰ ਮਨਜ਼ੂਰ ਹੈ। ਸਾਡੇ ਤਾਂ ਮੇਰੀ ਭੂਆ ਨੇ ਆਉਣਾ ਜਾਂ ਮੇਰੇ ਨਾਨਕੇ ਨੇ ਆਉਣਾ। ਠੀਕ ਹੈ। ਉਹ ਕੋਈ ਨਹੀਂ ਸ਼ੇਰਾ, ਅਸੀਂ ਭਾਈ ਨਾ ਕੁੜੀ ਨੂੰ ਇੱਥੋਂ ਚੁੰਨੀ ਚੜ੍ਹਾ ਕੇ ਲੈ ਜਾਵਾਂਗੇ, ਆਹ ਪਾਰਟੀ ਆਪਦੇ ਘਰੇ ਕਰ ਲਾਂਗੇ। ਤੂੰ ਕਿਸੇ ਗੱਲ ਦਾ ਫਿਕਰ ਨਾ ਕਰ, ਤੇਰਾ ਇੱਕ ਰੁਪਿਆ ਨਹੀਂ ਲੱਗਣ ਦਿੰਦੇ ਸ਼ੇਰਾ, ਇੱਕ ਰੁਪਿਆ। ਸਹੀ ਗੱਲ ਆ ਭਾਈ, ਰੱਬ ਦਾ ਦਿੱਤਾ ਬਹੁਤ ਕੁਛ ਹੈ। ਸਾਡੇ ਤਾਂ ਸੁੱਖ ਨਾਲ ਦੋ ਘਰਾਂ 'ਚ ਇੱਕ ਮੁੰਡਾ ਅਤੇ ਇੱਕ ਸਾਡੇ ਭਾਈ ਧੀ ਨੇ ਜਾਣਾ, ਇੰਨੇ ਲਾਡਾਂ ਨਾਲ ਰੱਖਾਂਗੇ ਵੀ ਤੂੰ ਤਾਂ ਐਂ ਸੋਚੇਗਾ ਵੀ ਪਿਛਲੇ ਜਨਮ 'ਚ ਕੋਈ ਮੋਤੀ ਪੁੰਨ ਕੀਤੇ ਆ, ਜਿਹੜੀ ਤੈਨੀ ਤੇਰੀ ਭੈਣ ਨੂੰ ਦੋ ਦੋ ਮਾਵਾਂ ਦਾ ਗਾਹਾਂ ਪਿਆਰ ਮਿਲੂਗਾ। ਸ਼ੁਕਰ ਆ ਪਰਮਾਤਮਾ ਦਾ, ਮੇਰੀ ਭੈਣ ਦੇ ਕਰਮਾਂ 'ਚ ਵੀ ਮਾਂ ਦਾ ਪਿਆਰ। ਕੋਈ ਨਾ ਪੁੱਤ, ਕਿਉਂ ਫਿਕਰ ਕਰਦਾ, ਕਰਮ ਵਾਲੀ ਕਿਹੜੀ ਗੱਲ ਹੈ, ਮੇਰੇ ਕਿਹੜਾ ਕੋਈ ਧੀ ਹੈਗੀ। ਹੈ ਦੱਸ, ਮੈਂ ਤਾਂ ਧੀ ਬਣਾ ਕੇ ਲਿਜਾਊਂਗੀ, ਧੀ ਬਣਾ ਕੇ ਰੱਖੂੰਗੀ, ਮੈਂ ਤਾਂ ਚਾਹ ਲਾਡੇ ਇਸੇ ਦੇ ਪੂਰੇ ਕਰਨੇ ਨੇ। ਬਹੁਤ ਬਹੁਤ ਮਿਹਰਬਾਨੀ ਮਾਸੀ ਜੀ, ਆ ਜਾਓ ਹੁਣ ਅੰਦਰ ਚਾਹ ਪਾਣੀ ਲੱਗਿਆ ਪਿਆ, ਚਾਹ ਪਾਣੀ ਲੈ ਲਓ। ਉਹ ਹਾਂ ਭਾਈ, ਚਲੋ ਚਾਹ ਪਾਣੀ ਪੀਓ, ਫਿਰ ਆਪਾਂ ਲੇਟ ਹੋ ਜਾਵਾਂਗੇ, ਚਲੋ। ਲੈ ਪੁੱਤ, ਆਪਣਾ ਸਾਗਨ ਦਾ ਵਿਹਾਰ ਹੋ ਗਿਆ, ਧੀਏ ਹੈ ਬੜੀ ਸੋਹਣੀ ਗੱਲ ਹੋ ਗਈ, ਦੋ ਪਰਿਵਾਰਾਂ ਦਾ ਮੇਲ ਹੋ ਗਿਆ, ਅਤੇ ਨਾਲੇ ਪੁੱਤ ਤੂੰ ਤਾਂ ਨਿਆਣੀ ਹੈ, ਤੇਰਾ ਭਰਾ ਵੀ ਨਿਆਣਾ, ਤੈਨੂੰ ਮੈਂ ਇੱਕ ਦੋ ਗੱਲਾਂ ਸਮਝਾਉਣੀ ਆ, ਕਿਉਂ ਤੁਹਾਡੇ ਕਿਹੜਾ ਮਾਂ ਪਿਓ ਬੈਠਾ ਪੁੱਤ ਤੁਹਾਨੂੰ ਉਹ ਸਮਝਾਊਗਾ। ਹਾਂਜੀ। ਅਤੇ ਹੁਣ ਤੂੰ ਨਾ ਬਾਹਰ ਅੰਦਰ ਨਾ ਜਾਈਂ, ਨਾ ਕਿਸੇ ਦੇ ਘਰੇ ਜਾਈਂ, ਨਾ ਕਿਸੇ ਤੋਂ ਕੋਈ ਚੀਜ਼ ਫੜ ਕੇ ਖਾਈਂ। ਠੀਕ ਹੈ ਜੀ। ਅਤੇ ਆਹ ਇੱਕ ਅੱਧੇ ਦਿਨ 'ਚ ਆਪਾਂ ਵਿਆਹ ਦਾ ਦਿਨ ਕਢਾ ਲਾਂਗੇ, ਜਦੋਂ ਪੁੱਤ ਵਿਆਹ ਦਾ ਦਿਨ ਕਢਾਇਆ ਜਾਵੇ ਕਿਸੇ ਸਾਹਿਬੰਨੀ ਲੱਤ ਹੋ ਜਾਂਦੀ ਹੈ, ਫਿਰ ਤਾਂ ਜਮੀ ਨਹੀਂ ਬਾਹਰ ਜਾਈਂਦਾ। ਅਤੇ ਇੱਕ ਗੱਲ ਸੱਚ ਮੈਂ ਤੈਨੂੰ ਹੋਰ ਕਹਿੰਦੀ ਸੀਗੀ, ਅਤੇ ਕੋਈ ਤੇਰੀ ਭੂਆ ਵਰਗੀ ਨੂੰ ਸੱਦ ਲੈਂਦੀ ਪੁੱਤ ਤੂੰ? ਭੂਆ ਵਰਗਿਆਂ ਨੇ ਆਉਣਾ ਤਾਂ ਹੈਗਾ ਸੀ ਜੀ, ਉਹ ਦਵਾਈ ਲੈਣ ਵਗ ਗਏ ਸੀਗੇ ਤਾਂ ਕਰਕੇ ਨਹੀਂ ਆ ਸਕੇ। ਉਹਨਾਂ ਨੂੰ ਐਵੇਂ ਸੀਗਾ ਵੀ ਇਕੱਲਾ ਦੇਖ ਦਿਖਾਈ ਕਰਨਗੇ ਅੱਜ, ਕੋਈ ਨਾ ਜੀ ਮੈਂ ਉਹਨਾਂ ਨੂੰ ਦੱਸ ਦੂੰਗੀ। ਹਾਂ ਕੋਈ ਨਾ ਪੁੱਤ, ਫੋਨ ਕਰਦੀ ਫਿਰ, ਉਹੀ ਗੱਲ ਪਹਿਲਾਂ ਤਾਂ ਹੀ ਸੀਗਾ ਵੀ ਚੱਲ ਦੇਖ ਕੇ ਮੁੜ ਆਵਾਂਗੇ, ਫਿਰ ਚੱਲ ਆ ਤੇਰੀ ਭੂਆ ਜੀ ਵਰਗੀ ਕਹਿੰਦੇ ਵੀ ਕੁੜੀ ਪਸੰਦ ਆ ਆਪਣੇ, ਆਪਾਂ ਸਾਗਨ ਦਾ ਵਿਹਾਰ ਕਰ ਹੀ ਦਿੰਦੇ ਹਾਂ ਹੈ। ਅਤੇ ਨਾਲੇ ਪੁੱਤ ਤੁਹਾਨੂੰ ਪਤਾ ਹੁਣ ਧੀ ਦੇ ਵਿਆਹ ਦੀ ਸੌ ਤਿਆਰੀ ਹੁੰਦੀ ਹੈ ਨਿੱਕੀ ਮੋਟੀ, ਕੋਈ ਤੇਰੀ ਮਾਮੀ ਮਾਸੀ ਹੋਊ ਪੁੱਤ ਉਹਨੂੰ ਸੱਦ ਲਈ, ਕੋਈ ਤੇਰੀ ਭੂਆ ਨੂੰ ਸੱਦ ਲਈ, ਚੱਲ ਆਪਾਂ ਥੋੜੇ ਦਿਨਾਂ ਦਾ ਵਿਆਹ ਕਢਾ ਲਾਂਗੇ, ਆਪਾਂ ਤੁਹਾਨੂੰ ਤੰਗ ਨਹੀਂ ਕਰਦੇ ਅਸੀਂ, ਨਾ ਤੂੰ ਰਿਸ਼ਤੇਦਾਰਾਂ ਨੂੰ ਕੋਈ ਤੰਗ ਕਰੀਏ, ਚੱਲ ਜਦੋਂ ਤੈਨੂੰ ਵਿਆਹ ਕੇ ਲੈ ਗਏ ਧੀਏ, ਬਸ ਤੇਰੇ ਭਰਾ ਦਾ ਫਰਜ਼ ਉੱਤਰ ਜਾਊਗਾ, ਫਿਰ ਨਹੀਂ ਕੰਡੇ ਜਿੰਨਾ ਦੁੱਖ ਦਿੰਦੇ ਤੇਰੇ ਭਾਈ ਨੂੰ ਅਸੀਂ। ਹਾਂਜੀ ਕੋਈ ਨਾ ਜੀ, ਮੈਂ ਵੀਰੇ ਨੂੰ ਕਹਿ ਕੇ ਨਾ ਫੋਨ ਕਰਾ ਦੂ ਭੂਆ ਜੀ ਨੂੰ, ਉਹ ਆ ਜਾਣਗੇ। ਹੋਰ ਮੇਰੀ ਧੀ ਬਸ ਸਿਆਣੀ ਬਣ ਕੇ ਰਹੀ ਹੁਣ ਇੰਨੇ ਕੁ ਦਿਨ। ਹਾਂਜੀ ਚਲੋ ਇਹ ਕਰਮ ਸਿਆ, ਹੁਣ ਤਾਂ ਪਰਸਾਵਾਂ ਵੀ ਢਲ ਗਿਆ, ਚਾਹ ਚੂ ਬਣਾਈਏ, ਫਿਰ ਡੰਗਰ ਪਸ਼ੂਆਂ ਦਾ ਕਰਾਂਗੇ। ਗਏ ਬੰਦਿਆਂ ਨੂੰ ਟਾਈਮ ਲੱਗ ਹੀ ਜਾਂਦਾ, ਕੀ ਪਤਾ ਕਦੋਂ ਕਹਾਉਣਗੇ ਉਹ। ਲੈ ਆ ਗਏ ਤਾਂ, ਉਹ ਬਾਹਲੀ ਵੱਡੀ ਉਮਰ ਆ ਤੇਰੀ, ਕੀ ਗੱਲ ਹੋ ਗਈ? ਓਕੇ ਗੱਲ ਹੋ ਗਈ, ਗੱਲ ਹੋਣ ਨੂੰ ਕੀ ਹੋਣਾ, ਮੈਂ ਚਾਹ ਧਰਨ ਉੱਠਿਆ ਸੀਗਾ, ਮਹਾਂ ਚੱਲ ਗਏ ਬੰਦੇ ਨੂੰ ਟਾਈਮ ਲੱਗਦਾ, ਇੰਨੇ ਤੂੰ ਟੱਪ ਗਈ। ਕੋਈ ਨਾ, ਚਾਹ ਤਾਂ ਮੈਂ ਕਰ ਦਿੰਦੀ ਹਾਂ। ਹੋਰ ਪਾਏ ਸਗਨ? ਹਾਂ ਸਗਨ ਤਾਂ ਪਾਏ। ਉਹ ਚੱਲ ਵਧੀਆ, ਅਤੇ ਤੂੰ ਸਿੱਧੀ ਘਰ ਆ ਗਈ, ਫਿਰ ਉੱਧਰ ਤਾਂ ਵਗ ਜਾਂਦੀ ਵਧਾਈਆਂ ਵਧੀਆਂ ਤਾਂ ਦਿਆਉਂਦੀ।
ਹੈ ਦੇਖ। ਉਹ ਮੈਂ ਤੈਨੂੰ ਵਧਾਈਆਂ ਦੀ ਗੱਲ ਕਰਦਾ, ਤੂੰ ਡੁਸਕਣ ਲੱਗ ਗਈ, ਕੀ ਗੱਲ ਹੋ ਗਈ? ਗੱਲ ਕੀ ਹੋਣੀ ਹੈ, ਤੈਨੂੰ ਪਤਾ ਤਾਂ ਹੈਗਾ ਭੈਣ ਨੇ ਮੈਨੂੰ ਇੰਨਾ ਕੁਛ ਸੁਣਾਇਆ, ਉੱਥੇ ਸਾਰਿਆਂ 'ਚ ਮੇਰੀ ਬੇਇੱਜ਼ਤੀ ਕਰਤੀ। ਉਹ ਬੇਇੱਜ਼ਤੀ ਕਰਨ ਨੂੰ ਦੱਸ ਕੀ ਆ, ਉਹ ਵੱਡੀ ਆਪਾਂ ਤਾਂ ਉਹ ਆਪਾਂ ਨੂੰ ਆਪਦੇ ਜਵਾਕ ਸਮਝਦੀ ਆ, ਫਿਰ ਕੀ ਹੋ ਗਿਆ ਜੇ ਉਹਨੂੰ ਕੁਛ ਕਹਿਤਾ ਤੈਨੂੰ? ਘਰੇ ਜੋ ਮਰਜ਼ੀ ਕਹਿ ਲੈਂਦੀ, ਬਹੂ ਦੇ ਸਾਹਮਣੇ ਮੈਨੂੰ ਕਹਿੰਦੀ ਤੂੰ ਨਾ ਮੂੰਹ ਜਿਠਾ, ਮੈਂ ਆਪੇ ਜਿਠਾ ਦੂੰਗੀ। ਉਹ ਚੱਲ ਫਿਰ ਕੋਈ ਨਾ, ਹੁਣ ਉਹਦੀ ਤਾਂ ਆਦਤ ਹੈ, ਜੇ ਕਹਿਤਾ ਫਿਰ ਕੀ ਹੋ ਗਿਆ, ਤੂੰ ਨਾ ਜਿਠਾਉਂਦੀ ਤੂੰ ਸਾਗਣ ਪਾਦਾਂ ਦੀ ਗੱਲਾਂ। ਜੇ ਰੱਬ ਨੇ ਮੇਰੀ ਵੀ ਸੁਣੀ ਹੁੰਦੀ, ਕਾਹਨੂੰ ਮੈਂ ਕਿਸੇ ਦੀਆਂ ਗੱਲਾਂ ਸੁਣਦੀ, ਰੱਬ ਨੇ ਮੇਰੇ ਨਾਲ ਵੀ ਦਰਿਆਤ ਰੱਖੀ ਹੈਗੀ। ਉਹ ਬਸ ਫਿਰ ਰੱਬ ਨਾਲ ਹੁਣ ਆਪਣਾ ਕੀ ਸਰੀਕਾ ਹੈ, ਜੋ ਰੱਬ ਨੂੰ ਮਨਜ਼ੂਰ ਸੀਗਾ ਉਹ ਹੋ ਕੇ ਰਹਿੰਦਾ ਹੁੰਦਾ, ਨਾਲੇ ਜਿੱਥੇ ਰੱਬ ਰੱਖੇ ਨਾ ਉੱਥੇ ਰਹਿਣਾ ਪੈਂਦਾ। ਉਹ ਤਾਂ ਠੀਕ ਹੈ, ਪਰ ਐਂ ਤਾਂ ਨਹੀਂ ਕਰਨਾ ਚਾਹੀਦਾ ਭੈਣ ਨੂੰ, ਘਰੇ ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਮੈਂ ਕੁਛ ਬੋਲਦੀ ਹਾਂ ਅੱਗੇ ਕਿਸੇ ਸਾਹਮਣੇ ਤਾਂ ਨਾ ਮੈਨੂੰ ਕੁਛ ਕਿਹਾ ਕਰੇ। ਚੱਲ ਕੋਈ ਗੱਲ ਨਹੀਂ, ਉਹਦਾ ਧਿਆਨ ਨਹੀਂ ਹੋਣਾ, ਉਹਨੇ ਉਈ ਗੱਲਾਂ ਬਾਤੀਂ ਕਹਿਤਾ ਹੋਣਾ ਤੈਨੂੰ, ਉਹਨੇ ਕਿਹੜਾ ਤੇਰੇ ਕੋਈ ਮਾਰਿਆ? ਜ਼ਿਆਦਾ ਤੂੰ ਐਂ ਦੱਸ ਵੀ ਤੇਰੇ ਥੱਪੜ ਮਾਰਿਆ ਤਾਂ ਦੱਸ। ਥੱਪੜ ਮਾਰੇ ਨਾਲ ਵੱਧ ਹੋ ਜਾਂਦਾ ਜੀ, ਜਦੋਂ ਕੋਈ ਕਿਸੇ 'ਚ ਕਿਸੇ ਦੀ ਬੇਇੱਜ਼ਤੀ ਕਰ ਦਿੰਦਾ ਹੈਗਾ, ਮੇਰਾ ਕਿਹੜਾ ਜੀ ਕਰਦਾ ਹੈਗਾ ਵੀ ਕਿਸੇ ਤੋਂ ਗੱਲਾਂ ਸੁਣਾ। ਪਤਾ ਨਹੀਂ ਮੈਂ ਰੱਬ ਦਾ ਕੀ ਮਾੜਾ ਕਰਿਆ ਸੀ। ਜਿਹੜਾ ਅਸਲ ਪਤਾ ਕੀ ਗੱਲ ਹੁੰਦੀ ਆ, ਇਹ ਨਾ ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ, ਜੋ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਨਾ ਉਹ ਹਰ ਹੀਲੇ ਭੋਗਣਾ ਪੈਂਦਾ ਬੰਦੇ ਨੂੰ, ਅਤੇ ਜੇ ਆਪਣੀ ਕਿਸਮਤ ਚੰਗੀ ਹੁੰਦੀ ਤਾਂ ਰੱਬ ਆਪਾਂ ਨੂੰ ਵੀ ਲਾ ਦੇ ਦਿੰਦਾ, ਅਤੇ ਆਹ ਦਿਨ ਦੇਖਣੇ ਨਾ ਪੈਂਦੇ ਜਿਹੜੀਆਂ ਤੂੰ ਮੈਨੂੰ ਅੱਜ ਗੱਲਾਂ ਸੁਣਾ ਰਹੀਆਂ ਨਾ, ਇਹ ਮੈਨੂੰ ਸੁਣਨ ਨੂੰ ਨਾ ਮਿਲਦੀਆਂ। ਸਹੀ ਗੱਲ ਹੈ, ਮੈਂ ਤਾਂ ਰੱਬ ਨੂੰ ਇਹੀ ਕਹਿੰਦੀ ਹਾਂ ਵੀ ਕਿਉਂ ਮੇਰੇ ਨਾਲ ਇੰਨੀ ਮਾੜੀ ਕਰੀ ਹੈ, ਕੀ ਮਾੜਾ ਕਰਤਾ ਸੀ ਮੈਂ ਤੇਰਾ। ਉਹ ਫਿਰ ਹੁਣ ਚੁੱਪ ਕਰ ਜਾ, ਰੋਣ ਨਾਲ ਕੀ ਹੋ ਜੂਗਾ ਦੱਸ, ਹੈਂ ਆਪਦਾ ਮਨ ਖਰਾਬ ਕਰੀ ਜਾਂਦੀ ਆ। ਉਹ ਨਾਲੇ ਜਿਹੜੀ ਚੀਜ਼ ਰੱਬ ਦੇ ਹੱਥ ਵੱਸ ਆ ਉਹਦੇ ਵਿੱਚ ਬੰਦਾ ਭਲਾ ਕੀ ਕਰ ਸਕਦਾ। ਮੈਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਵਗ ਜਾਓ, ਮੈਂ ਨਾ ਜਾਂਦੀ, ਵਧੀਆ ਸੀਗਾ ਘਰੀ ਰਹਿ ਜਾਂਦੀ। ਹੈ ਦੇਖ, ਉਹ ਮੇਰਾ ਤਾਂ ਤੈਨੂੰ ਭੇਜਤਾ, ਉਹ ਮਹਾਂ ਚੱਲ ਹਰਜੀਤ ਤੇਰਾ ਵਧੀਆ ਕਰਦਾ ਗਾ, ਮਹਾਂ ਚੱਲ ਤੂੰ ਨਾਲ ਹੋਵੇਗੀ, ਚੱਲ ਜਵਾਕ ਦਾ ਦਿਲ ਲੱਗਿਆ ਰਹਿੰਦਾ ਵੀ ਚੱਲ ਮਾਸੀ ਚਾਚੀ ਵੀ ਆ ਗਈ ਸਾਡੀ। ਹਰਜੀਤ ਦੇ ਮੂੰਹ ਨੂੰ ਤਾਂ ਮੈਂ ਗਈ ਸੀਗੀ, ਜੇ ਮੈਨੂੰ ਮੈਂ ਉਹਨੂੰ ਆਪਣਾ ਪੁੱਤ ਸਮਝਦੀ ਸੀ ਤਾਂ ਹੀ ਗਈ ਸੀਗੀ, ਪਰ ਮੈਨੂੰ ਨਹੀਂ ਪਤਾ ਹੈਗਾ ਵੀ ਭੈਣ ਮੈਨੂੰ ਸਮਝਦੀ ਨਹੀਂ ਹੈਗੀ, ਹਰਜੀਤ ਉਹਦਾ ਪੁੱਤ ਹੈ। ਉਹ ਚੱਲ ਕੋਈ ਨਾ, ਗੁੱਸਾ ਨਾ ਕਰ, ਫਿਰ ਕੀ ਹੋ ਗਿਆ ਜੇ ਭੈਣ ਨੇ ਤੈਨੂੰ ਕੁਛ ਕਹਿਤਾ ਉਹਨੇ, ਹੈਂ ਉਹਦਾ ਸੁਭਾਅ ਹੀ ਇਹੋ ਜਿਹਾ ਗਾ, ਐਵੇਂ ਨਹੀਂ ਗੁੱਸਾ ਕਰੀਦਾ ਹੁੰਦਾ। ਲੈ ਮੈਂ ਚਾਹ ਬਣਾਵਾਂ ਅਤੇ ਤੂੰ ਚਾਹ ਪੀ ਵਧੀਆ, ਹੈਂ। ਬਸ ਕੋਈ ਨਾ, ਬਹਿ ਜਾਓ, ਮੈਂ ਬਣਾ ਦਿੰਦੀ ਹਾਂ ਚਾਹ ਤਾਂ। ਦੇ ਆ ਗੱਡੀ ਵਾਲੇ ਨੂੰ ਪੈਸੇ। ਗੱਡੀ ਵਾਲੇ ਤਾਂ ਦੇ ਆ, ਤੈਨੂੰ ਦੇਣ ਵਾਲੇ ਰਹਿੰਦੇ ਸੀ। ਉਹ ਤੈਨੂੰ ਜ਼ਮੀਨ ਅਕਲ ਹੈਗੀ, ਐਂ ਬੋਲਦੇ ਹੁੰਦੇ ਨੇ। ਕਿ ਮੈਂ ਕੀ ਕਰਤਾ? ਉੱਥੇ ਕੀ ਕਿਹਾ ਸੀ? ਦੇਲਾ ਵਧੂ ਇਹਦਾ। ਫਿਰ ਹੁਣ ਮੈਂ ਕੀ ਮਾੜਾ ਕਿਹਾ ਸੀਗਾ, ਚੰਗਾ ਹੀ ਕਿਹਾ ਸੀ, ਸਾਨੂੰ ਤਾਂ ਨਹੀਂ ਇਹਨਾਂ ਗੱਲਾਂ ਦਾ ਲੱਖਣ ਹੈਗਾ, ਹੈ? ਓਏ ਕਿੱਥੇ ਕੀ ਬੋਲਦਿਆ ਤੂੰ, ਉਹਦੇ ਪੈਰ ਵਰਗੀ ਵੀ ਨਹੀਂ, ਮੈਂ ਤੈਨੂੰ ਦੱਸਾਂ ਗੱਲ। ਆਪੀ ਨਹੀਂ ਪੈਰ ਵਰਗੀ, ਉਹ ਸੋਹਣੀ ਵਾਲੀ ਹੈ, ਮੈਂ ਸੋਹਣੀ ਕੱਟਾਂਗੀ, ਹਾਂ ਤਾਂ ਲੱਗਦੀ ਆ। ਕੀ ਹੋ ਗਿਆ ਬਾਈ? ਗੱਲ ਇੱਜ਼ਤ ਦੀ ਹੁੰਦੀ ਹੈ, ਫੇਰ ਕੀ ਦੱਸ ਆਪਣਾ ਨੂਣ ਟਿਲਕਦਾ ਸੀ, ਜੇ ਉਹ ਨੂੰਹ ਦੇ ਮੂੰਹ ਦੇ ਵਿੱਚ ਮਿੱਠੇ ਦਾ ਭੋਰਾ ਪਾਉਣ ਦੀ ਕੀ ਗੱਲ ਸੀ, ਕਿਉਂ ਦਿਲ ਦੁਖੀ ਕੀਤਾ ਬਜੇਰੀ ਦਾ? ਕਿਉਂ ਮੈਂ ਵੱਧ ਸਕ ਨਹੀਂ ਕਰਾਵਾਂ, ਹੈ ਉਹਦੀ ਤਾਂ ਨਹੀਂ ਦੇਹੜੀ ਵਧੀ, ਉਹ ਤਾਂ ਰੱਬ ਨੇ ਨਹੀਂ ਸੁਣੀ, ਮੈਂ ਤਾਂ ਆਪਦੇ ਪੁੱਤ ਦੀ ਸੁੱਖ ਭਾਲਦੀ ਹਾਂ, ਮੇਰੀ ਤਾਂ ਦੇਹੜੀ ਵਧੇ। ਓਏ ਮੈਥੋਂ ਨਾ ਉੱਥੇ ਜਲੂਸ ਕਢਾ ਲੈਂਦੀ ਨੂੰਹ ਦੇ ਸਾਹਮਣੇ, ਤੈਨੂੰ ਪਤਾ ਕਿਵੇਂ ਕਾਬੂ ਕੀਤਾ ਆਪਦੇ ਤੇ ਮੈਂ? ਹੋਰ ਬਾਈ ਬੂ ਕੀਤਾ ਇਹਨੇ, ਦੇਖ ਲੈ ਬੋਲ ਦਾਂਗਾ ਹੱਦ ਪਾਉਂਦਾ। ਭਾਬੀ ਤੈਨੂੰ ਲੱਗੂ ਤਾਂ ਇਹ ਗੱਲ ਬੁਰੀ, ਭਾਈ ਸਾਡਾ ਦਿਲ ਸਾਰਿਆਂ ਦਾ ਦੁਖੀ ਹੋਇਆ, ਕਿਉਂ ਉਹਨੂੰ ਵਿਚਾਰੀ ਨੂੰ ਤੂੰ ਦੁਖੀ ਕਰਦੀ ਹੈਗੀ, ਕਾਹਲ ਜਿਹਾ ਨਿਕਲ ਗਿਆ ਜਦੋਂ ਤੈਂ ਉਹਦੇ ਕੰਨੀ ਹੱਥ ਕਰਤਾ ਵੀ ਨਾ ਭਾਈ ਉਹਦੇ ਮੂੰਹ 'ਚ ਮਿੱਠਾ ਨਾ ਪਾ। ਕੀ ਗੱਲ, ਉਹ ਕਿਹਦੇ ਸਾਗਣ ਮਨਾਵੇ, ਉਹਨੇ ਕਦੇ ਇਹਨੂੰ ਆਪਦਾ ਪੁੱਤ ਨਹੀਂ ਮੰਨਿਆ। ਗੱਲ ਇਹ ਨਹੀਂ ਹੈਗੀ ਭੈਣੇ, ਪੁੱਤ ਤਾਂ ਮੰਨਿਆ,
ਮੈਂ ਐਂ ਨਹੀਂ ਕਹਿੰਦੀ ਵੀ ਕੋਈ ਬਗਾਨਾ ਉਹਦੇ ਵਾਸਤੇ, ਪਰ ਜਿਹੜੀ ਵੱਧ ਸਕਦੀ ਹੈ ਭਾਈ ਉਹ ਤਾਂ ਵੱਧ ਸਕਦੀ ਹੋਊ ਜਦੋਂ ਉਹਦੀ ਆਪਦੀ ਕੁੱਖ ਨਹੀਂ ਹਰੀ ਹੋਈ ਹੈ। ਮੇਰੀ ਗੱਲ ਸੁਣ, ਇੱਧਰ ਹੋਵੇ ਮੈਨੂੰ ਗੱਲ ਕਰ ਲੈਣ ਦੇ, ਅਤੇ ਵੀ ਉਹ ਭਾਈ ਮੈਂ ਕਿਉਂ ਵੱਧ ਸਕਦੀ ਹਾਂ ਕਰਾਉਣੀ ਹੈਗੀ ਜਦੋਂ ਉਹ ਮੂੰਹ 'ਚ ਠਾਊਗੀ। ਹੈਂ ਪਹਿਲੀ ਵਾਰ ਮੈਂ ਆਪਦੀ ਨੂੰਹ ਦਾ ਮੂੰਹ 'ਚ ਠਾਉਣ ਲੱਗੀ ਹੈਗੀ, ਪਹਿਲੀ ਮੈਂ ਭਾਈ ਉਹ ਤੋਂ ਕਿਉਂ ਕਰਾਵਾਂ। ਕਿਹੜਾ ਕੰਜਰ ਕਹਿੰਦਾ ਭਾਬੀ ਵੀ ਭਾਬੀ ਦੀ ਕੁੱਖ ਨਹੀਂ ਹਰੀ ਹੋਈ, ਮੰਨਿਆ ਉਹਦਾ ਜਵਾਕ ਨਹੀਂ ਬਚਿਆ, ਕਿਉਂ ਤੂੰ ਉਹਨੂੰ ਐਂ ਕਰਦੀ ਰਹਿਣੀ ਹੈ। ਇੱਕ ਤਾਂ ਉਹਨੂੰ ਰੱਬ ਨੇ ਮਾਰ ਰੱਖਿਆ, ਉੱਤੋਂ ਤੇਰੇ ਵਰਗੀ ਤਾਨੇ ਦੇ ਦੇ ਮਾਰ ਦਿੰਦੀ ਹੈ, ਕਦੇ ਨਹੀਂ ਨੂੰ ਉਹਨੇ ਤੇਰੇ ਮੂਹਰੇ ਜ਼ਬਾਨ ਖੋਲ੍ਹੀ, ਕਿਉਂ ਉਹਦਾ ਦਿਲ ਦੁਖੀ ਕਰਦੀ ਹੈ, ਉਹ ਤਾਂ ਪਹਿਲਾਂ ਹੀ ਕਰਮਾਂ ਦੀ ਮਾਰੀ ਹੈ। ਫਿਰ ਜੇ ਕਰਮਾਂ ਦੀ ਮਾਰੀ ਹੈ ਮੈਂ ਤਾਂ ਹੀ ਕਹਿੰਦੀ ਆਹ ਮਾੜੀ ਕਿਸਮਤ ਵਾਲੀ ਹੈ, ਰੱਬ ਨੇ ਨਹੀਂ ਉਹਦਾ ਜਵਾਕ ਛੱਡਿਆ, ਫੇਰ ਹੀ ਮਾੜੀ ਕਿਸਮਤ ਵਾਲੀ ਹੈ। ਹੁਣ ਤੂੰ ਵੀ ਨਹੀਂ ਚਾਹੁੰਦੀ ਵੀ ਮੇਰੇ ਇੱਕ ਭਤੀਜਾ ਦੋ ਘਰਾਂ ਦੇ ਵਿੱਚ ਇੱਕ ਜਵਾਕ ਹੈ, ਵੀ ਉਹਦੀ ਦਿਹਾੜੀ ਵਧੇ ਗਾਹਾਂ ਮੇਰੇ ਭਤੀਜੇ ਦੇ ਜਵਾਕ ਹੋਣ। ਹੈਂ ਦੇਖਾ ਵਹਿਮਾਂ ਭਰਮਾਂ 'ਚ ਭਾਬੀ ਕੁਛ ਨਹੀਂ ਪਿਆ, ਪਰ ਭਾਈ ਦਿਲ ਦੁਖੀ ਨਾ ਕਰਿਆ ਕਰ, ਪਰਿਵਾਰ ਸਾਰਾ ਇੱਕ ਤਾਂ ਗੀ, ਨਾ ਕਿ ਇਹ ਦੋ। ਉਹ ਤਾਂ ਸਾਰਾ ਦਿਨ ਚਾਹ ਬਣਾਉਂਦੀ ਨਹੀਂ ਥੱਕਦੀ ਹੈਗੀ, ਜਿੰਨੀਆਂ ਸੁੱਖਾਂ ਉਹਨੇ ਸੁੱਖੀਆਂ ਨੇ ਹਰਜੀਤ ਵਾਸਤੇ, ਮੈਨੂੰ ਲੱਗਦਾ ਉਨੀਆਂ ਤਾਂ ਸੁੱਖੀਆਂ ਹੀ ਨਹੀਂ ਹੋਣੀਆਂ। ਇਹਨਾਂ ਗੱਲਾਂ ਦਾ ਤੈਨੂੰ ਪਤਾ ਨਹੀਂ ਕੀ ਕਾਹਦਾ ਵਹਿਮ ਹੋਇਆ ਇਹਨੂੰ, ਉਹ ਕੀ ਲੋੜ ਆਉਂਦਾ ਸੀ ਜੇ ਮੂੰਹ 'ਚ ਠਾ ਆਉਂਦੀ ਉਹ। ਕੋਈ ਨਾ ਤੁਸੀਂ ਵਹਿਮ ਕਰੋ ਨਾ ਕਰੋ ਭਾਈ, ਮੈਨੂੰ ਤਾਂ ਇਸ ਗੱਲ ਦਾ ਵਹਿਮ ਹੈ ਦੇਖ, ਠੀਕ ਹੈ ਨਾ, ਮਾੜੀ ਕਹੋ ਚੰਗੀ ਕਹੋ, ਮੈਂ ਤਾਂ ਕੋਈ ਵਿਹਾਰ ਕਰਨ ਨਹੀਂ ਦਿੰਦੀ ਭਾਈ। ਮੇਰੀ ਗੱਲ ਸੁਣ ਲੈ ਭਾਬੀ, ਜੇ ਤੂੰ ਉਹਨੂੰ ਵਿਹਾਰ ਨਹੀਂ ਕਰਨ ਦਿੰਦੀ, ਅਸੀਂ ਵੀ ਭਾਈ ਕਿਸੇ ਤੇਰੇ ਵਿਹਾਰ 'ਚ ਅੱਗੇ ਨਹੀਂ ਆਉਂਦੇ, ਫਿਰ ਤੂੰ ਇਕੱਲੀ ਪ੍ਰਧਾਨ ਹੋਈ ਰਹਿ, ਤੂੰ ਵਿਹਾਰ ਕਰੀ ਜਾ, ਕਿਉਂ ਉਹ ਕਿਹਦੇ ਵਿਹਾਰ ਕਰੂਗੀ। ਮੇਰਾ ਜਵਾਕ ਹਜੇ ਨਿਆਣਾ, ਮੈਂ ਉਹ ਤੋਂ ਕਰਾ ਲੂੰ, ਮੈਂ ਤਾਂ ਕਰਾਊਂ ਸਾਰੇ ਵਿਹਾਰ, ਮੈਨੂੰ ਤਾਂ ਕੋਈ ਨਹੀਂ। ਤੂੰ ਮੇਰੀ ਗੱਲ ਸੁਣ, ਸਾਰੀ ਉਮਰ ਉਹਨੂੰ ਬਾਂਝ ਕਹਿ ਕਹਿ ਉਹਦਾ ਜੀਣਾ ਹਰਾਮ ਕਰ ਰੱਖਿਆ, ਕਦੇ ਉਹਦੇ ਦਿਲ 'ਤੇ ਹੱਥ ਧਰ ਕੇ ਦੇਖਿਆ ਵੀ ਉਹਦੇ ਦਿਲ 'ਤੇ ਬੀਤਦੀ ਕੀ ਹੋਊਗੀ। ਦੇਖ ਭਾਈ ਮੇਰੀ ਗੱਲ ਸੁਣ ਅਮਨ, ਇਸ ਗੱਲ ਦਾ ਗੁੱਸਾ ਨਾ ਕਰ, ਮੈਂ ਐਂ ਨਹੀਂ ਕਹਿੰਦੀ ਹਾਂਗੀ, ਪਰ ਜਿਹੜੀ ਗੱਲ ਦਾ ਮੈਨੂੰ ਵਹਿਮ ਹੈ ਉਹ ਵਹਿਮ ਹੈ ਭਾਈ, ਹੱਥ ਬੰਨ ਕੇ ਕਹਿੰਦੀ ਹਾਂ, ਮੈਨੂੰ ਮਜਬੂਰ ਨਾ ਕਰੋ। ਦੇਖ ਸਾਰੇ ਭੈਣ ਭਾਈ ਇਕੱਠੇ ਹੋ ਕੇ ਰਹੋ, ਪਰ ਜਿਹੜਾ ਵਿਹਾਰ ਮੈਂ ਜੀਤੋਂ ਕਰਾਉਣਾ, ਦੇਖ ਮੈਂ ਤੈਨੂੰ ਦੱਸ ਹੀ ਦਿੰਦੀ, ਮੈਂ ਤੈਨੂੰ ਜਵਾਕਾਂ ਵਾਂਗੂ ਪਾਲਿਆ, ਮੈਂ ਤੈਨੂੰ ਕਦੇ ਨਣਦ ਨਹੀਂ, ਮੈਂ ਤੈਨੂੰ ਆਪਦੀ ਧੀ ਸਮਝਦੀ ਹਾਂ। ਹੈਂ ਅਤੇ ਜਿੰਨੇ ਵਿਹਾਰ ਮਰਜ਼ੀ ਕਰ ਲਈ ਤੂੰ, ਪਰ ਭਾਈ ਉਹ ਤੋਂ ਵਿਹਾਰ ਨਾ ਕਰੀ ਬਸ। ਮਾੜਾ ਮੋਟਾ ਖੜਾ ਬੈਠਾ ਤਾਂ ਬੰਦਾ ਦੇਖ ਸਕਦਾ ਹੁੰਦਾ, ਪੁੱਠੀ ਸੋਚ ਰੱਖੀ ਹੈ ਤੁਸੀਂ। ਮੇਰੀ ਗੱਲ ਸੁਣ ਲੈ, ਆਪਦੀਆਂ ਆਦਤਾਂ ਤੋਂ ਬਾਜ਼ ਆ ਜਾ, ਇਹ ਨਾ ਹੋਵੇ ਕਿਤੇ ਕੱਲ ਨੂੰ ਮੂੰਹ ਦੇ ਸਾਹਮਣੇ ਜਲੂਸ ਨਿਕਲੇ ਤੇਰਾ। ਬਸ ਆਹੀ ਕੁਛ ਕਰਨ ਜਾਣ ਦਿਓ ਤੁਸੀਂ ਤਾਂ ਮੇਰੇ ਨਾਲ ਜਲੂਸ ਕੱਢਣ ਜਾਣ। ਚੱਲ ਕੋਈ ਨਹੀਂ ਬਾਈ, ਜਾ ਅੰਦਰ ਵਗ ਜਾ। ਕੀ ਆ ਕਿ ਉਹੀ ਗੱਲ, ਚੰਗੇ ਸਗਨ ਕਰਕੇ ਆਈ ਸੀ ਪੁੱਤ ਦਾ, ਸਗਨ ਪਾ ਕੇ ਆਈ ਸੀ, ਆਉਂਦੀ ਨੇ ਛਿੱਤਰ ਖਾ ਲਏ, ਸੋ ਉੱਥੋਂ ਅਕਲੇ ਸਪਾ ਲਿਆ। ਕੀ ਪੁੱਤੇ ਦਾ ਦਿਲ ਦੁਖੀ ਹੋਇਆ, ਦਿਲ ਦੁਖੀ ਹੋ ਗਿਆ, ਕੋਈ ਖੁਸ਼ ਨਾ ਹੋਇਆ ਮੇਰਾ ਤਾਂ ਦਿਲ। ਸਾਰੇ ਖੁਸ਼ ਨੇ ਭਾਬੀ, ਪਰ ਥੋੜ੍ਹਾ ਜਿਹਾ ਆਪਦੀ ਸੋਚ ਬਦਲ, ਕਿਸੇ ਦੇ ਦਿਲ ਨੂੰ ਇੰਨਾ ਨਹੀਂ ਦਿਖਾਈਦਾ ਹੁੰਦਾ। ਮੈਂ ਕਈ ਵਾਰ ਕਿਸੇ ਨਾ ਕਿਸੇ ਦੀਆਂ ਅਸੀਸਾਂ ਲੈ ਵੇਦੀਆਂ ਹੁੰਦੀਆਂ ਨੇ। ਭਾਬੀ ਕਿਉਂ ਦਿਲ ਦੁਖੀ ਕਰੀ ਜਾਂਦੀ ਆ, ਮੈਨੂੰ ਪਤਾ ਹੈਗਾ ਵੀ ਤੇਰਾ ਮਨ ਬਹੁਤ ਦੁਖੀ ਆ। ਨਾ ਵੀਰ ਭਾਬੀ ਚੁੱਪ ਕਰ ਜਾ, ਸਿਆਣੀ ਭਾਬੀ ਨੀ, ਕਿਉਂ ਐ ਮਨ ਦੁਖੀ ਕਰਦੀਆਂ, ਸਾਨੂੰ ਨਹੀਂ ਦੁੱਖ, ਤੇਰੇ ਨੂੰ ਜ਼ਿਆਦਾ ਦੁੱਖ ਹੋਇਆ ਅੱਜ ਜਦੋਂ ਭਾਬੀ ਨੇ ਤੈਨੂੰ ਸਗਣ ਤੋਂ ਰੋਕਿਆ, ਮੇਰਾ ਆਪਦਾ ਕਾਲ ਜਿਹਾ ਨਿਕਲ ਗਿਆ ਸੀ। ਭੈਣੇ ਚ ਮੇਰਾ ਕੀ ਕਸੂਰ ਹੈਗਾ, ਮੈਂ ਤਾਂ ਆਪ ਰੱਬ ਨੂੰ ਕਹਿੰਦੀ ਹਾਂ ਵੀ ਮੈਨੂੰ ਇੱਕ ਨਾ ਇੱਕ ਪੁੱਤ ਦੇਣਾ ਸੀਗਾ। ਕਿਹਦਾ ਜੀ ਕਰਦਾ ਗਾ ਜੇ ਆਪਾਂ ਗੱਲਾਂ ਕਹੀਏ, ਬਾਈ ਭਾਬੀ ਨਾਲ ਬਥੇਰਾ ਲੜ ਕੇ ਹਟਿਆ, ਕਹਿੰਦਾ ਕਿਉਂ ਤੂੰ ਹਰ ਵਾਰੀ ਜ਼ਖਮਾਂ 'ਤੇ ਨੂਣ ਸਿੜਕਦੀਆਂ, ਪਰ ਭਾਬੀ ਤੈਨੂੰ ਪਤਾ ਨਹੀਂ ਇਹਨਾਂ ਗੱਲਾਂ ਨੂੰ ਸਮਝਦੀ, ਕਿਉਂ ਉਹਨੂੰ ਇਸ ਗੱਲ ਦੀ ਸਮਝ ਹੀ ਨਹੀਂ, ਉਹਨੂੰ ਐਂ ਲੱਗਦਾ ਵੀ ਮੈਨੂੰ ਰੱਬ ਨੇ ਪੁੱਤ ਦੇ ਤਾ, ਮੈਂ ਦੁਨੀਆਂ ਜਿੱਤ ਲਈ,
ਪਰ ਕੀ ਕਰੀਏ, ਜਿੱਥੇ ਰੱਬ ਰੱਖੇ ਭਾਬੀ ਰਹਿਣਾ ਪੈਂਦਾ ਗਾ। ਭੈਣੇ ਮੈਨੂੰ ਕੋਈ ਗੁੱਸਾ ਨਹੀਂ ਹੈਗਾ, ਭੈਣ ਮੈਨੂੰ ਕਰੇ ਜੋ ਮਰਜ਼ੀ ਕਹਿ ਲਿਆ ਕਰੇ, ਪਰ ਅੱਜ ਜਦੋਂ ਸਾਰੇ ਸਾਹਮਣੇ ਮੈਨੂੰ ਇਹ ਬੋਲੀ ਮੇਰਾ ਬਾਲਾ ਮਨ ਦੁਖਿਆ। ਮੈਂ ਤੇਰਾ ਦੁੱਖ ਸਮਝਦੀ ਹਾਂ ਭਾਬੀ, ਨਾ ਤੂੰ ਆਪਦਾ ਦਿਲ ਦੁਖੀ ਕਰਿਆ ਕਰ, ਉਹਦੀ ਤਾਂ ਸ਼ੁਰੂ ਤੋਂ ਇਹ ਆਦਤ ਹੀ ਬਣ ਗਈ, ਹਰ ਸਮੇਂ ਉਹਨੇ ਤਾਂ ਇੱਕੋ ਹੀ ਗੱਲ ਕਰਨੀ ਆ। ਕਿਹੜਾ ਬੰਦਾ ਜਿਹੜਾ ਉਹਦਾ ਸਾਥ ਦਿੰਦਾ, ਸਾਰੇ ਉਹਨੂੰ ਸਮਝਾਉਂਦੇ ਰਹਿੰਦੇ ਆ, ਹੁਣ ਸਾਰਾ ਦਿਨ ਘਰੇ ਲੜਾਈ ਪਾ ਕੇ ਵੀ ਚੰਗੀ ਗੱਲ ਨਹੀਂ, ਹੁਣ ਉਹ ਬਹਿ ਗਈ ਮੂੰਹ ਫੁਲਾ ਕੇ, ਕਹਿੰਦੀ ਮੇਰੇ ਪੁੱਤ ਦੀ ਕੋਈ ਖੁਸ਼ੀ ਨਹੀਂ ਮਨਾਉਂਦਾ। ਉਹ ਵਾਹਿਗੁਰੂ ਜਾਣਦਾ ਆਪਾਂ ਕਿੰਨੀ ਖੁਸ਼ ਹਾਂ। ਦੇ ਕਮਣ, ਜੇ ਖੁਸ਼ੀ ਸੀ ਤਾਂ ਹੀ ਨਾਲ ਤੁਰ ਪੈਂਦੀ ਸੀਗੀ, ਮੈਨੂੰ ਤਾਂ ਬਥੇਰੀ ਖੁਸ਼ੀ ਹੈਗੀ। ਮੈਂ ਤਾਂ ਹਰਜੀਤ ਨੂੰ ਆਪਣਾ ਪੁੱਤ ਹੀ ਮੰਨਿਆ ਗਾ, ਪਰ ਮੈਨੂੰ ਨਹੀਂ ਪਤਾ ਸੀ ਵੀ ਭੈਣ ਮੈਨੂੰ ਆਪਣੀ ਸਮਝਦੀ ਹੋਈ ਨਹੀਂ ਹੈਗੀ। ਉਹ ਸਮਝਦੀ ਹੈ, ਗੱਲ ਕਰ ਬਸ। ਉਹਨੂੰ ਬਸ ਇੱਕ ਪਤਾ ਨਹੀਂ ਕਾਹਦਾ ਹੰਕਾਰ ਚੜਿਆ ਵੀ ਮੇਰੇ ਕੋਲ ਰੱਬ ਨੇ ਲਾਦ ਦੇ ਦਿੱਤੀ, ਖਣੀ ਮੈਂ ਤੋਂ ਸਾਗਣ ਕਰਾ ਲਏ, ਮੇਰੀ ਨੂੰਹ ਲਾਦ ਤੋਂ ਬਿਨਾਂ ਨਾ ਰਹਿ ਜੇ। ਐਂ ਨਹੀਂ ਪਤਾ ਵੀ ਰੱਬ ਦੀਆਂ ਲਿਖੀਆਂ ਨੂੰ ਕੋਈ ਟਾਲ ਨਹੀਂ ਸਕਦਾ। ਨਾ ਮੇਰੀ ਭਾਬੀ ਤੂੰ ਨਾ ਦਿਲ ਦੁਖੀ ਕਰ, ਅਸੀਂ ਸਾਰੇ ਤੇਰੇ ਨਾਲ ਹੈ। ਲੈ ਕੋਈ ਨਹੀਂ, ਆਹ ਮੇਰਾ ਪੁੱਤ ਹੋਇਆ ਸਾਲ ਦੋ ਸਾਲ ਨੂੰ ਗੱਭਰੂ, ਉਹ ਤੇਰਾ ਮੁੰਡਾ ਹੀ ਆ, ਸਾਰੇ ਸਾਗਣ ਵਿਹਾਰ ਮੈਂ ਤੇਰੇ ਹੱਥੋਂ ਕਰਾਉਣੇ ਨੇਗੇ, ਤੇਰੀ ਜਵਾਕ ਨੇ ਉਹ। ਇਹ ਤਾਂ ਊਂ ਸਾਰਾ ਦਿਨ ਵਹਿਮਾਂ ਦੀ ਪੱਟੀ ਹੋਈ ਆ ਭਾਬੀ, ਤਾਂ ਬਥੇਰਾ ਬਾਈ ਵੀ ਦਿਲ ਦੁਖੀ ਕਰੀ ਬੈਠਾ, ਉਹ ਜਵਾਕ ਤਾਂ ਰੋਈ ਜਾਂਦਾ ਗਾ। ਮੈਂ ਨਾਲੇ ਕਹਿ ਕੇ ਆਈਆਂ ਹੁਣ ਵੀ ਜੇ ਇੱਦੋਂ ਬਾਅਦ ਕੋਈ ਗੱਲ ਬੋਲੀਆਂ ਨਾ, ਅਸੀਂ ਤੇਰੇ ਕਿਸੇ ਸਾਗਣ ਵਿਹਾਰ 'ਚ ਨਹੀਂ ਬੈਠਣਾ। ਮੈਂ ਤਾਂ ਹਰ ਵਕਤ ਨਾ ਰੱਬ ਨੂੰ ਐਂ ਕੋਸਦੀ ਰਹਿੰਦੀ ਹੈਗੀ ਵੀ ਮੈਨੂੰ ਇੱਕ ਪੁੱਤ ਤਾਂ ਦੇ ਦਿੰਦਾ, ਇੱਕ ਤਾਂ ਦੇ ਦਿੰਦਾ, ਤੂੰ ਦੇ ਵੀ ਦਿੰਦਾ ਸੀ ਫਿਰ ਲੈ ਜਾਂਦਾ ਸੀ, ਕੀ ਮੈਂ ਮਾੜਾ ਕਰਿਆ ਸੀਗਾ? ਉਹ ਮਾੜਾ ਨਹੀਂ ਕੀਤਾ, ਬਸ ਤੇਰੀ ਕਿਸਮਤ 'ਚ ਪੁੱਤ ਦਾ ਸੁੱਖ ਹੈ ਹੀ ਨਹੀਂ ਸੀ, ਤਾਂ ਹੀ ਰੱਬ ਨੇ ਦੋ ਵਾਰੀ ਪੁੱਤ ਦਿੱਤਾ ਵੀ ਅਤੇ ਖੋ ਕੇ ਵੀ ਲੈ ਗਿਆ। ਇੱਕ ਦੁੱਖ ਤਾਂ ਹੁੰਦਾ ਵੀ ਦਿੱਤਾ ਨਹੀਂ, ਕੋਈ ਨਹੀਂ, ਕਈਆਂ ਦੀ ਜਿਹਦੀ ਕੁੱਖ ਹਰੀ ਨਹੀਂ ਹੁੰਦੀ, ਤੇਰੀ ਕੁੱਖ ਤਾਂ ਹਰੀ ਹੋਈ ਸੀ। ਨਾ ਤੂੰ ਐਵੇਂ ਬਸ ਦਿਲ ਨਾ ਦੁਖੀ ਕਰ ਭਾਬੀ ਬਣ ਕੇ, ਮੇਰਾ ਵੀ ਮਨ ਭਰਿਆ ਪਿਆ ਸੀ, ਮੈਨੂੰ ਪਤਾ ਸੀਗਾ ਤੂੰ ਤਾਂ ਧਰਤੀ 'ਤੇ ਧੱਸਣ ਵਾਲੀ ਹੋ ਗਈ ਸੀ ਜਦੋਂ ਤੈਨੂੰ ਗੱਲ ਬੋਲਤੀ ਸੀ ਭਾਬੀ ਨੇ। ਮੈਂ ਤੇਰੇ ਵੀਰੇ ਨੂੰ ਵੀ ਆ ਕੇ ਇਹੀ ਕੁਛ ਦੱਸਿਆ ਹੈਗਾ, ਮੈਂ ਕਿਹਾ ਤੂੰ ਵਗ ਜਾਂਦਾ ਵਧੀਆ ਸੀ, ਮੈਂ ਨਾ ਜਾਂਦੀ ਘਰੇ ਰਹਿ ਜਾਂਦੀ, ਕਾਹਨੂੰ ਮੈਂ ਇੰਨੀਆਂ ਗੱਲਾਂ ਸੁਣਨੀਆਂ ਸੀਗੀਆਂ। ਕੀ ਗੱਲ, ਜਿੰਦਿਆਂ ਅੰਦਰ ਰਹਿਣਾ ਮੈਂ ਫਿਰ? ਇਹ ਤਾਂ ਦੁਨੀਆਂਦਾਰੀ ਹੈ, ਸਾਰਿਆਂ ਦਾ ਸਾਹਮਣਾ ਕਰਨਾ ਹੀ ਪੈਣਾ, ਜ਼ਿੰਦਗੀ ਹੈ ਇਹ। ਜਦੋਂ ਭੈਣੇ ਜਵਾਕ ਨਾ ਹੋਣ ਨਾ ਲੋਕ ਜੀਣ ਨਹੀਂ ਦਿੰਦੇ ਹੈਗੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਮੈਨੂੰ ਪਤਾ ਕਿੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਕੋਈ ਨਹੀਂ, ਰੱਬ ਇੱਕ ਦਿਨ ਤੇਰਾ ਵੀ ਸੁੱਖ ਦਾ ਲਿਆਊਗਾ। ਫੁੱਫੜਾ ਹਰੀ ਵੜਦੇ ਲੈ ਉਹ ਨਾਲੇ ਨਾ ਫੁੱਫੜ ਢੰਗ ਨਾਲ ਕਿਹਾ ਕਰ, ਫੁੱਫੜ ਫੂ ਫੂ ਐਂ ਜੇ ਲੱਗ ਜਾਣਾ ਕਰਨਾ, ਫੁੱਫੜ ਕਹਿਣ ਵੇਲੇ ਬੰਦੇ ਦਾ ਮੂੰਹ ਭਰ ਜਾਂਦਾ ਹੁੰਦਾ। ਚੰਗਾ ਫੁੱਫੜ ਜੀ ਬਹਿ ਜਾਓ। ਲੈ ਬਹਿ ਗਿਆ, ਹਾਂ ਦੱਸ ਕੀ ਕਹਿਣਾ? ਮੈਂ ਤੈਨੂੰ ਐਂ ਪੁੱਛਦਾ ਸੀ, ਹਾਂ ਤੇਰੀ ਬਹੂ ਸੋਹਣੀ ਫੁੱਫੜਾ? ਓਏ ਬਹੂ ਤਾਂ ਤੇਰੀ ਸੋਹਣੀ ਵੀ ਹੈ, ਸਿਆਣੀ ਵੀ ਹੈ, ਪਰ ਅੱਜ ਜਿਹੜਾ ਤੇਰੀ ਮਾਂ ਨੇ ਤੇਰੀ ਚਾਚੀ ਨਾਲ ਵਤੀਰਾ ਕੀਤਾ ਨਾ, ਉਹ ਮੈਨੂੰ ਚੰਗਾ ਨਹੀਂ ਲੱਗਿਆ ਹਰਜੀਤ। ਹੋਰ ਫੁੱਫੜਾ, ਗਲਤ ਕੀਤਾ ਮਾਂ ਨੇ, ਐਂ ਨਹੀਂ ਬੋਲਣਾ ਸੀਗਾ। ਉਹ ਹੋਰ ਯਾਰਾ, ਉਸ ਟਾਈਮ ਉਹਦਾ ਦੁੱਖ ਦੇਖਣ ਵਾਲਾ ਸੀ, ਸਾਰਾ ਦੁੱਖ ਉਹਦੇ ਮੂੰਹ 'ਤੇ ਝਲਕ ਰਿਹਾ ਸੀ। ਜੇ ਮੈਂ ਉਸ ਟਾਈਮ ਕੁਛ ਬੋਲਦਾ ਸੀ ਫਿਰ ਅਗਲਾ ਕਹਿੰਦਾ ਇਸ ਘਰ ਦਾ ਪ੍ਰਾਹੁਣਾ, ਐਵੇਂ ਬਿਨਾਂ ਮਤਲਬ ਤੋਂ ਬੋਲੀ ਜਾਂਦਾ। ਓਏ ਹੋਰ ਫੁੱਫੜਾ, ਮੇਰੀ ਮਾਂ ਦਾ ਦਿਮਾਗ ਹੀ ਇੰਨਾ ਕਾ, ਉਹਦਾ ਬਾਪੂ ਦੇਖ ਲੜੀ ਜਾਂਦਾ ਸੀ, ਬਥੇਰੀ ਬੇਇੱਜ਼ਤੀ ਕਰਦਾ ਸੀ, ਪਰ ਸਮਝਦੀ ਨਹੀਂ ਕੀ ਕਰੀਏ, ਰੋਜ਼ ਸਮਝਾਉਣੇ ਇਹ ਗੱਲਾਂ ਉਹਨੂੰ। ਓਏ ਹਰਜੀਤ, ਸਮਝਾਇਆ ਉਸ ਬੰਦੇ ਨੂੰ ਜਾਂਦਾ ਹੁੰਦਾ ਜਿਹੜਾ ਕੋਈ ਨਿਆਣਾ ਹੋਵੇ, ਸਿਆਣੇ ਬਹਿਣੇ ਬੰਦੇ ਨੂੰ ਸਮਝਾਉਂਦਾ ਤਾਂ ਬੰਦਾ ਆਪ ਹੀ ਨਹੀਂ ਚੰਗਾ ਲੱਗਦਾ। ਚੱਲ ਕੋਈ ਨਹੀਂ, ਮੇਰੀ ਗੱਲ ਸੁਣ, ਕੱਲ੍ਹ ਨੂੰ ਦੇਖ ਤੇਰਾ ਵਿਆਹ ਹੋ ਜਾਊਗਾ, ਤੂੰ ਆਪਦੀ ਬਹੂ ਨੂੰ ਇਹੀ ਗੱਲ ਸਮਝਾ ਕੇ ਰੱਖੀ ਵੀ ਮਾਂ ਤੋਂ ਪਹਿਲਾਂ ਮੈਨੂੰ ਚਾਚੀ ਹੈ, ਜੋ ਇੱਜ਼ਤ ਅਤੇ ਪਿਆਰ ਮਾਂ ਨੂੰ ਦੇਵੇਂਗੀ ਨਾ ਉਹੀ ਇੱਜ਼ਤ ਅਤੇ ਉਹੀ ਪਿਆਰ ਚਾਚੀ ਨੂੰ ਵੀ ਦੇਈਂ,
ਕਿਤੇ ਉਹਦੇ ਮਨ ਦੇ ਵਿੱਚ ਇਹ ਨਾ ਜਾਵੇ ਵੀ ਮੇਰੇ ਕੋਈ ਔਲਾਦ ਨਹੀਂ ਹੋਈ ਤਾਂ ਕਰਕੇ ਮੇਰੇ ਨਾਲ ਇਹ ਸਾਰੀਆਂ ਗੱਲਾਂ ਹੋਈ ਜਾਂਦੀਆਂ। ਨਾ ਨਾ ਫੱਫੜਾ, ਇਹੋ ਜਿਹੀ ਗੱਲ ਭਲਾ ਨਹੀਂ ਮੈਂ ਕਿਉਂ ਹੋਣ ਦਊਗਾ। ਮੈਂ ਤਾਂ ਆਪ ਨੂੰ ਮਾਂ ਮੰਨਦਾ ਗਾ, ਮੈਂ ਤਾਂ ਕਦੇ ਚਾਚੀ ਕਹਿੰਦੀ ਨਹੀਂ ਹੁੰਦਾ, ਮੈਂ ਤਾਂ ਆਪ ਕਹਿੰਦਾ ਛੋਟੀ ਬੀਬੀ ਕਰਦਾ ਫਿਰਦਾ ਰਹਿਣਾ। ਮੇਰਾ ਵੀ ਬਥੇਰਾ ਮੋਹ ਕਰਦੀ ਹੈ, ਪਰ ਮੈਨੂੰ ਵੀ ਫੱਫੜਾ 'ਚ ਬਾਹਲਾ ਜ਼ਿਆਦਾ ਦੁੱਖ ਲੱਗਿਆ ਜਦੋਂ ਬੀਬੀ ਨੇ ਉਹਨੂੰ ਆਹ ਗੱਲ ਕਹੀ। ਉਹ ਗੱਲ ਹੀ ਦੁੱਖ ਵਾਲੀ ਹੈ ਹਰਜੀਤ, ਐਂ ਬੰਦੇ ਨੂੰ ਕਰਨਾ ਹੀ ਨਹੀਂ ਚਾਹੀਦਾ ਹੁੰਦਾ। ਸ਼ਾਬਾਸ਼ ਏ ਭਾਈ ਤੇਰੇ, ਜੇ ਤੂੰ ਇਹ ਗੱਲਾਂ ਨੂੰ ਸਮਝਦਾ, ਨਹੀਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੌਣ ਇਹ ਗੱਲਾਂ ਸਮਝਦਾ। ਅਗਲਾ ਕਹਿੰਦਾ ਆਪਾਂ ਕੀ ਲੈਣਾ ਕਿਸੇ ਤੋਂ, ਹਨਾ। ਹੋਰ ਫੱਫੜਾ ਮਨ ਦੁਖੀ ਦਾ ਹੁੰਦਾ ਗਾ, ਚੱਲ ਵੱਡਾ ਹਰਾ। ਹਾਂ ਵੱਢ ਲੈ ਕੋਈ ਗੱਲ, ਫੱਫੜਾ ਤੂੰ ਵੱਢਦੇ ਮੈਨੂੰ ਸਾਗਣ ਪਿਆ ਜਾ, ਸਾਗਣ ਵਾਲੇ ਮੁੰਡੇ ਨੂੰ ਵੱਢਦੇ ਨਹੀਂ ਹੁੰਦੇ। ਓ ਲਿਆ ਭਰਾ, ਚੱਲ ਚਾਵੜ ਕਰ ਦਾਂਗਾ। ਫੱਫੜਾ ਤੇਰੇ ਚਾਦਰਾ ਬੜਾ ਸੋਹਣਾ ਲੱਗਦਾ ਮੈਨੂੰ, ਲਿਆ ਦੇਗਾ ਦੋ ਚਾਰ। ਓ ਲਾ ਕੇ ਨੀਕਰ ਚ ਹੋ ਜਾ ਹੁਣ। ਚੱਲ ਚੰਗਾ ਫੱਫੜਾ। ਹੋਰ ਉਹੀ ਗੱਲਾਂ ਤੇਰੀਆਂ, ਬਹਿ ਜਾ ਦੋ ਮਿੰਟ ਵੱਢ ਦਿੰਦਾ ਬਸ, ਹੁਣ ਵੱਢ ਦਾਂਗਾ। ਚੰਗਾ ਕੀ ਗੱਲ ਭੈਣੇ, ਸਿਰ ਬੰਨ ਕੇ ਪੈ ਗਈ, ਕੀ ਹੋ ਗਿਆ? ਨਹੀਂ ਭੈਣੇ ਹੀ ਆ ਵੀਰ, ਜਦੋਂ ਤੁਹਾਡੇ ਵਰਗੀਆਂ ਸਲੱਗ ਹੋਣ ਨਾ ਘਰੇ ਕਲੇਸ਼ ਪਵਾਉਣ ਵਾਲੀਆਂ, ਫਿਰ ਸਿਰ ਬੰਨ ਕੇ ਹੀ ਪਾਊਂਗੀ ਮੈਂ, ਹੋਰ ਕੋਈ ਮੈਂ ਇੱਥੇ ਭੰਗੜੇ ਨਹੀਂ ਪਾਉਂਦੀ। ਨਾ ਭੈਣੇ, ਮੈਂ ਕਿਹੜਾ ਕਲੇਸ਼ ਪਵਾਤਾ, ਮੈਂ ਤਾਂ ਕੋਈ ਗੱਲ ਵੀ ਨਹੀਂ ਕਰੀ। ਲੋੜ ਹੀ ਨਹੀਂ ਸੁਣ ਤਾਂ ਗੱਲ ਕਹਿਣ ਦੀ, ਕੀ ਲੋੜ ਹੈ? ਤੁਹਾਡੀ ਤਾਂ ਚੁੱਪੀ ਸਾਰਾ ਕੁਛ ਕਰ ਦਿੰਦੀ ਹੈਗੀ, ਕਲੇਸ਼ ਵੀ ਪਵਾ ਦਿੰਦੀ ਹੈ। ਮੈਂ ਹੀ ਹਾਂ ਭੌਂਕੀ ਜਾਂਦੀ ਹਾਂ, ਕੁੱਤੇ ਵਾਂਗੂ ਬੋਲੀ ਜਾਂਦੀ ਹਾਂ, ਮੈਂ ਬੁਰੀ ਲੱਗਦੀ ਹਾਂ ਸਭ ਨੂੰ। ਉਈ ਗਲ ਗੁੱਠਾ ਦੇ ਦਿਓ ਮੇਰੇ ਸਾਰੇ ਜਾਣੇ, ਕਾਕੇ ਨੂੰ ਰੱਖ ਲਓ ਆਪਦਾ ਬਣਾ ਕੇ। ਲੈ ਭੈਣੇ, ਆਪਦਾ ਬਣਾਉਣ ਵਾਲੀ ਕੀ ਗੱਲ ਹੈ, ਐਡੀ ਦੱਸ ਕੀ ਗੱਲ ਹੋ ਗਈ? ਤੂੰ ਤਾਂ ਉਈ ਬਿਨਾਂ ਗੱਲ ਤੋਂ ਮੇਰੇ 'ਤੇ ਤੱਪੀ ਪਈ ਹੈ। ਤਪਾ ਨਾ ਤਾਂ ਹੋਰ ਕੀ ਕਰਾਂ, ਉੱਥੇ ਫਿਰ ਕੀ ਗੱਲ ਸੀ? ਕਿਉਂ ਮਾੜੀ ਜਿਹੀ ਗੱਲ ਦਾ ਆ ਕੇ ਬਾਤ ਦਾ ਪਤੰਗੜ ਬਣਾਇਆ ਤੁਸੀਂ ਨੇ, ਗੱਲ ਸੀ ਕੋਈ ਉਹ? ਭੈਣੇ, ਮੈਂ ਤਾਂ ਖੜੀ ਨਹੀਂ ਹੁੰਦੀ ਸੀ, ਉਹ ਤਾਂ ਭੈਣ ਨੇ ਕਹਿਤਾ ਵੀ ਚੱਲ ਕੋਈ ਨਾ ਤੂੰ ਮੂੰਹ ਜਿਠਾ ਦੇ, ਮੈਂ ਤਾਂ ਉੱਠ ਗਈ ਸੀ ਵੀ ਚੱਲ ਕੋਈ ਗੱਲ ਨਹੀਂ, ਮੈਨੂੰ ਕੀ ਪਤਾ ਸੀ ਵੀ ਐਡੀ ਗੱਲ ਹੋ ਜੂਗੀ। ਭੈਣ ਵੀ ਫੱਟੜੀਆਂ ਦਾ ਫੇਟ ਹੈ ਵਿੱਚ ਵਿਚਾਲੇ ਕਲੇਸ਼ ਪਵਾਉਣ ਨੂੰ, ਮਾੜੀ ਜਿਹੀ ਛਿੰਜੜੀ ਛੇੜ ਦਿੰਦੀ ਹੈ ਵੀ ਚੱਲ ਮਾੜੀ ਜੀ ਵੀ ਹਲਿਆਉਣੀ ਹੈ ਆਪੇ ਛਿੱਤਰ ਖਾਈ ਜਾਊਗੀ, ਇਹ ਪਤਾ ਹੀ ਹੈ ਉਹਨੂੰ ਸਭ ਕਾਸੇ ਦਾ। ਚੱਲ ਕੋਈ ਨਾ ਭੈਣੇ, ਐਂ ਕਿਉਂ ਕਰਦੀ ਹੁੰਦੀ ਹੈਗੀ, ਹਰਜੀਤ ਦੀ ਮੈਨੂੰ ਵੀ ਬਥੇਰੀ ਖੁਸ਼ੀ ਹੈਗੀ, ਮੈਨੂੰ ਵੀ ਪਤਾ ਵੀ ਆਪਣੇ ਹਰਜੀਤ ਦਾ ਅੱਜ ਸਾਗਣ ਪੈ ਗਿਆ, ਮੈਨੂੰ ਕਿਹੜਾ ਖੁਸ਼ੀ ਨਹੀਂ ਹੈਗੀ, ਮੇਰਾ ਤਾਂ ਚਾਹ ਨਹੀਂ ਚੱਕਿਆ ਜਾਂਦਾ ਹੈਗਾ। ਹੋਰ ਭੈਣੇ, ਕਹਿਣ ਨੂੰ ਹੀ ਨੇ ਗੇ ਚਾਹ ਨਹੀਂ ਚੱਕਿਆ ਜਾਂਦਾ, ਚਾਹ ਤਾਂ ਮਾਂ ਪਿਓ ਨੂੰ ਹੀ ਹੁੰਦਾ ਹੈਗਾ, ਚਾਚੀਆਂ ਤਾਈਆਂ ਨੂੰ ਕਿਹੜੇ ਚਾਹ ਹੁੰਦੇ ਨੇ? ਚਾਚੀਆਂ ਤਾਈਆਂ ਤਾਂ ਚਾਚੀਆਂ ਤਾਈਆਂ ਹੀ ਰਹਿੰਦੀਆਂ ਨੇ, ਵਿੱਚੋਂ ਵਿੱਚ ਹੀ ਮੱਚਦੀਆਂ ਨੇਗੀਆਂ, ਨਾਲੇ ਤੂੰ ਤਾਂ ਐਂ ਕਹਿੰਦੀ ਹੋਵੇਂਗੀ ਅੱਜ ਵੀ ਇਹ ਤਾਂ ਨੂੰਹ ਵਾਲੀ ਹੋ ਗਈ, ਮੇਰੇ ਹੈ ਹੀ ਨਹੀਂ, ਤੈਨੂੰ ਤਾਂ ਰੱਬ ਨੇ ਨਹੀਂ ਦਿੱਤਾ ਸੀ। ਘੱਟੋ ਘੱਟ ਮੇਰੇ ਨੂੰਹ ਪੁੱਤ ਨੂੰ ਤਾਂ ਸੁਖੀ ਰਹਿ ਲੈਣ ਦੇ, ਮੇਰੇ ਨੂੰਹ ਪੁੱਤ ਨੂੰ ਤਾਂ ਸਾਰਾ ਵਿਹਾਰ ਮੈਨੂੰ ਕਰ ਲੈਣ ਦੇ ਸੋਹਣਾ ਸਾਗਨਾਂ ਦੇ ਨਾਲ। ਕੋਈ ਨਾ ਭੈਣੇ, ਫਿਰ ਮੈਂ ਕੀ ਕਿਹਾ, ਮੈਨੂੰ ਵੀ ਪਤਾ ਹਰਜੀਤ ਮੇਰਾ ਵੀ ਤਾਂ ਕਿਉਂ ਭਾਬੀ ਲੱਗੀ ਪਈ ਹੈਗੀ, ਚਾਚੀਆਂ ਤਾਈਆਂ ਬਣਾਉਂਦਾ ਕੌਣ, ਚਾਚੀਆਂ ਤਾਈਆਂ ਵੀ ਫਿਰ ਤੇਰੇ ਵਰਗੀਆਂ ਭਰਜਾਈਆਂ ਬਣਾ ਦਿੰਦੀਆਂ ਨੇਗੀਆਂ, ਕਿਉਂ ਤੂੰ ਸਾਰਾ ਦਿਨ ਉਹਦੇ ਮਗਰ ਪਈ ਹੈਗੀ? ਓਹੋ, ਮੈਨੂੰ ਕੁਛ ਨਹੀਂ ਕਿਹਾ, ਹੁਣ ਕਿ ਇੰਨੀ ਕਿਹੜਾ ਕੋਈ ਗੱਲ ਕਹੀ ਹੈ, ਕੋਈ ਨਾ ਤੂੰ ਗੱਲ ਕਰੀ ਜਾਂਦੀ ਸੀ, ਐਂ ਨਾ ਬੋਲਿਆ ਕਰ ਤੂੰ। ਉਹ ਚੱਲ ਕੋਈ ਨਹੀਂ, ਇੰਨਾ ਸ਼ਰੀਫ ਵੀ ਨਾ ਬਣੇ ਭਾਬੀ, ਭਾਬੀ ਮਾੜਾ ਮੋਟਾ ਸੋਚ ਸਮਝ ਕੇ ਬੋਲਿਆ ਕਰ, ਐਡਾ ਹੰਕਾਰ ਚੰਗਾ ਨਹੀਂ ਹੁੰਦਾ, ਮੈਂ ਉਦੋਂ ਤੈਨੂੰ ਇੱਕ ਬਾਈ ਦੇ ਸਾਹਮਣੇ ਬੋਲੀ ਨਹੀਂ ਹੈਗੀ ਗੀ, ਕਿਉਂ ਤੂੰ ਐਂ ਕਰੀ ਜਾਂਦੀ ਹੈ, ਇਹਦੇ ਮਾਗਰੀ ਪੈਗੀ, ਕਿਉਂ ਸਾਰਾ ਦਿਨ ਤੂੰ ਇਹਦੇ ਜਖਮਾਂ ਤੇ ਨੂਣ ਪਾਉਣੀ ਹੈਗੀ? ਕੀ ਗੱਲ, ਮੈਂ ਕਾਹਦਾ ਹੰਕਾਰ ਕਰ ਲਿਆ ਵੀਰ? ਹੈਂ, ਤੁਸੀਂ ਬਾਦ ਹੀ ਪੈ ਜਾਂਦੇ ਸਾਰੇ, ਫਿਰ ਗਲ ਗੁੱਠਾ ਹੀ ਦੇ ਦਿਓ ਫਿਰ, ਮੈਂ ਇਦੂ ਨਾਲੋਂ ਘਰੋਂ ਕੱਢ ਦਿਓ ਜਾਂ ਮੈਨੂੰ, ਮੈਂ ਬੁਰੀ ਲੱਗਦੀ ਹੋਊਗੀ ਸਾਰਿਆਂ ਨੂੰ। ਤੈਨੂੰ ਕੋਈ ਘਰੋਂ ਕੱਢਣ ਨੂੰ ਨਹੀਂ ਕਹਿਣਾ, ਪਰ ਭਾਈ ਹਰਜੀਤ ਸਭ ਦਾ ਸਾਂਝਾਗਾ, ਸਾਰਿਆਂ ਦਾ ਜਵਾਕ ਆਹੋ, ਤੇਰਾ ਕੋਈ ਇਕੱਲੀ ਦਾ ਨਹੀਂ ਹੈਗਾ, ਤੂੰ ਕੋਈ ਪਿੱਛੋਂ ਨਹੀਂ ਲੈ ਕੇ ਆਈ ਸੀ, ਸਾਡੇ ਘਰ ਦਾ ਜਵਾਕ ਆ ਉਹ, ਨਾ ਤੂੰ ਇਹਦੇ ਮਗਰ ਪਈ ਰਿਹਾ ਕਰ ਸਾਰਾ ਦਿਨ, ਜੇ ਮੈਂ ਬਾਈ ਦੇ ਸਾਹਮਣੇ ਬੋਲਦੀ ਉਹਨੇ ਤੈਨੂੰ ਤੜਾ ਤੜਾ ਕੁੱਟ ਦੇਣਾ ਸੀ, ਮੇਰੀਆਂ ਗੱਲਾਂ ਤੈਨੂੰ ਲੱਗਦੀਆਂ ਤਾਂ ਕੌੜੀਆਂ ਨੇਗੀਆਂ, ਪਰ ਮੈਂ ਸੱਚ ਬੋਲੇ ਬਿਨਾਂ ਤਾਂ ਰਹਿੰਦੀ ਨਹੀਂ ਹੈਗੀ ਗੀ, ਤੁਸੀਂ ਜੇ ਕਦੇ ਤੈਨੂੰ ਸੱਚਾਈ ਪਤਾ ਲੱਗ ਗਈ ਨਾ, ਤੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਜੂਗੀ। ਹੋਰ ਲੱਗ ਗਈ ਸੱਚਾਈ ਪਤਾ, ਨਾਲੇ ਹੋਰ ਪਤਾ ਨਹੀਂ ਕੀ ਕੀ ਕੁਛ ਲੁਕੋਈ ਫਿਰਦੀਆਂ ਨੇ ਮੈਥੋਂ, ਕੀ ਕੁਛ ਕਰਦੀਆਂ ਨੇਗੀਆਂ, ਤੇ ਬਾਈ ਤੋਂ ਕਛੱਤਰ ਕੀ ਗੱਲ, ਤੁਸੀਂ ਵੀ ਪਵਾਉਣੀਆਂ ਬਾਈ ਤੋਂ ਛਿੱਤਰ, ਹੋਰ ਕੌਣ ਪਵਾਉਂਦਾ ਹੈਗਾ? ਆ ਪਵਾ ਤੇ ਤੁਸੀਂ ਵੀ ਪਵਾਏ ਨੇ, ਤੂੰ ਨਾ ਹੀ ਕਹਿੰਦੀ ਜੋ ਤੈਨੂੰ ਚੰਗਾ ਪਹਿਲਾਂ ਪਤਾ ਹੈ ਮੇਰਾ। ਹੈਂ, ਕੀ ਗੱਲ, ਕਿਉਂ
ਇਹ ਕਿੱਥੋਂ ਭਾਈ? ਇਹ ਵੀ ਇਸ ਘਰ ਦੀ ਬਹੂ, ਇਹ ਵੀ ਵਿਆਹ ਕੇ ਆਈ ਹੈਗੀ। ਜਦੋਂ ਸਾਰੇ ਇਕੱਠ ਹੈਗਾ ਫਿਰ ਐਡੀ ਕੀ ਗੱਲ ਹੈਗੀ? ਇਹਨੇ ਤਾਂ ਕਦੇ ਤੇਰੇ ਪੁੱਤ ਨੂੰ ਬਗਾਨਾ ਨਹੀਂ ਸਮਝਿਆ, ਤੂੰ ਕਦੇ ਇਹਦੀ ਬਣੀ ਨਹੀਂ ਹੈਗੀ। ਫਿਰ ਇਹ ਆਪ ਹੀ ਗੱਲ, ਫਿਰ ਇਹ ਆਪ ਹੀ ਦੇਖ ਲੇ ਜਦ ਇਹਦੀ ਕੁੱਖ ਨਹੀਂ ਹਰੀ ਹੋਈ, ਜਦ ਇਹ ਬਾਂਝ ਬੈਠੀ ਹੈ। ਫਿਰ ਮੇਰੇ ਪੁੱਤ ਦੇ ਕਿਉਂ ਪਹਿਲੀ ਸਾਗਨ ਕਰਨ ਲੱਗ ਰਹੀ ਹੈ? ਬਾਅਦ 'ਚ ਉਹ ਕਰੀ ਜਾਵੇ, ਕਿਉਂ ਪਹਿਲਾਂ ਹੀ ਆਖੇ ਮੈਂ ਮੂੰਹ 'ਚ ਠਾਉਂਦੀ ਹਾਂ? ਕੀ ਗੱਲ ਬਾਈ, ਲੱਗੂਗੀ ਤਾਂ ਤੈਨੂੰ ਬਾਹਲੀ ਤਿੱਖੀ। ਤੂੰ ਵੀ 10 ਸਾਲ ਬਾਅਦ 'ਚ ਹੀ ਰਹੀ ਸੀ, 10 ਸਾਲਾਂ ਬਾਅਦ ਹੋਇਆ ਸੀ ਤੇਰੇ। ਉਦੋਂ ਤੈਨੂੰ ਕਿਵੇਂ ਲੱਗਦਾ ਸੀ ਜੇ ਕੋਈ ਤੈਨੂੰ ਕੋਈ ਗੱਲ ਕਹਿੰਦਾ ਸੀ? ਮਾਂ ਨੇ ਇੱਕ ਦਿਨ ਮਾੜੀ ਜਿਹੀ ਗੱਲ ਕਹਿਤੀ ਸੀ, ਤੂੰ ਕਿਵੇਂ ਤੜ ਪੁੱਟੀ ਸੀ? 6 ਮਹੀਨੇ ਆਪਦੇ ਪਿੰਡੋਂ ਨਹੀਂ ਆਈ ਸੀ, ਤੂੰ ਇਹਨੂੰ ਪਲ ਪਲ ਮਾਰਦੀ ਹੈ। ਕੋਈ ਨਾ ਭੈਣੇ, ਕੁਛ ਨਹੀਂ ਹੁੰਦਾ, ਵੱਡੀ ਹੈ, ਕੋਈ ਗੱਲ ਨਹੀਂ, ਕਹਿ ਲੈਂਦੇ ਮੈਨੂੰ। ਫਿਰ ਕੋਈ ਨਹੀਂ ਜੇ ਵੱਡੀ ਹੈ, ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਵੱਡੀ ਭਾਬੀ ਹੈ ਤਾਂ ਸਿਰ 'ਚ ਮੋਰੀਆਂ ਕਰੀ ਜਾਵੇ ਜੀ। ਇੱਜ਼ਤ ਇੱਜ਼ਤ ਕਰਾਉਣੀ ਆਪਦੇ ਹੱਥ ਹੁੰਦੀ ਹੈ, ਐਵੇਂ ਨਾ ਇਹਦੀਆਂ ਮਿੰਨਤਾਂ ਕਰੀ ਜਾਇਆ ਕਰ, ਖੜੀ ਹੋ ਕੇ ਚੱਲ। ਪਰ ਮੈਂ ਤੈਨੂੰ ਐਂ ਕਹਿੰਦੀ ਹਾਂ ਨਾ ਭੈਣ, ਹੁਣ ਕਿੰਨਾ ਨਾ ਬੋਲੋ, ਜੇ ਤੇਰੇ ਬਾਈ ਨੂੰ ਪਤਾ ਲੱਗ ਗਿਆ ਉਹ ਫਿਰ ਮੈਨੂੰ ਕੁੱਟੂਗਾ ਵੀ ਤੂੰ ਕਲੇਸ਼ ਕਰ। ਕੋਈ ਨਹੀਂ, ਕੁਛ ਨਹੀਂ ਕਹਿੰਦਾ ਬਾਈ, ਸਾਰਿਆਂ ਨੂੰ ਸਾਰਿਆਂ ਦਾ ਪਤਾ ਕਿਹੜਾ ਕਿੰਨੇ ਕੁ ਪਾਣੀ 'ਚ ਆ। ਚੱਲ ਜਾ, ਖੜੀ ਹੋ ਜਾ, ਐਵੇਂ ਨਾ ਮਿੰਨਤਾਂ ਕਰੀ ਜਾਇਆ ਕਰ। ਆਹੋ, ਕਾਹਨੂੰ ਕਰਨੀਆਂ ਨੇ ਮਿੰਨਤਾਂ, ਆਹੀ ਕੁਛ ਆਹੀ ਮੱਤਾਂ। ਭਾਬੀ ਤੂੰ ਆਪਦੀ ਕਰਤੂਤਾਂ ਖਾਨੀ ਆ, ਖਾਈ ਜਾ। ਆਪੇ ਖਾਨੀ ਆਪਦੀ ਕਰਤੂਤਾਂ, ਜਦੋਂ ਤੁਹਾਡੇ ਵਰਗੀਆਂ ਪੱਲੇ ਪੈ ਰਹੀਆਂ ਨੇਗੀਆਂ, ਕਾਲਕ ਦੱਸਣਾ ਮੇਰੇ। ਇੱਕ ਨਣਦ ਹੋ ਗਈ, ਇੱਕ ਦਰਾਣੀ ਹੋ ਗਈ, ਦੋ ਹੋ ਗਈਆਂ ਕਟਵਾਉਣ ਨੂੰ। ਮਾੜੀ ਜਿਹੀ ਗੱਲ 'ਤੇ ਛਿੰਜੜੀ ਛੇੜ ਕੇ ਪਾਰ ਜਾਂਦੀਆਂ ਨੇ, ਉਹ ਕੰਜਰ ਬੌਲਾ ਤੜਾ ਤੜਾ ਮੈਨੂੰ ਕੁੱਟ ਜਾਂਦਾ ਹੈਗਾ। ਹਾਂ ਮਾਂ, ਠੀਕ ਹੈ ਮੈਂ ਤਾਂ, ਤੁਸੀਂ ਦੱਸੋ ਠੀਕ ਨੇ ਸਾਰੇ? ਹਾਂ ਹਾਂ ਵਧੀਆ। ਹੋਰ ਵਿਆਹ ਦੀ ਤਾਂ ਹੋ ਗਈ ਤਿਆਰੀ? ਕੱਲ੍ਹ ਨੂੰ ਚੜੂ ਕੜਾਹੀ? ਹਾਂ, ਅਤੇ ਤੁਸੀਂ ਕਿੱਦੇ ਆਉਂਗੇ? ਕੱਲ੍ਹ ਨੂੰ ਹੀ ਆ ਜਾਓ, ਮੈਂ ਤਾਂ ਕਹਿੰਦੀ ਹਾਂ। ਹੋਰ ਹੁਣ ਜਵਾਕਾਂ ਨੂੰ ਵੀ ਲੈ ਆਈ ਨਾਲ ਫਿਰ। ਹਾਂ ਠੀਕ ਹੈ, ਚੰਗਾ ਮਾਂ, ਠੀਕ ਹੈ ਫਿਰ ਕਰੂੰ ਤੇਰੇ ਨਾਲ ਗੱਲ। ਚੱਲ ਕਰ ਕਰ ਲਓ ਤਿਆਰੀ ਫਿਰ ਤੜਕੇ ਆਉਣ ਦੀ। ਚੰਗਾ ਚੰਗਾ। ਆ ਦੁੱਧ ਲਿਆਂਦਾ ਹੈਗਾ, ਹਾਂ ਇਹਨੂੰ ਅੰਦਰ ਫਰਿੱਜ 'ਚ ਲਾ ਦੀ। ਚੰਗਾ, ਕੋਈ ਨਾ, ਲਾ ਦਿੰਦੀ ਹਾਂ। ਅਤੇ ਤੂੰ ਤਿਆਰ ਨਹੀਂ ਹੋਈ ਹੈਗੀ, ਜਾਣਾ ਨਹੀਂ ਅੱਜ? ਕਿੱਥੇ ਜਾਣਾ ਮੈਂ? ਓਏ ਅੱਜ ਟੂਮਾ ਟਾਮਾ ਲੈ ਕੇ ਆਉਣੇ ਆ, ਵੱਡਾ ਬਾਈ ਕਹਿੰਦਾ ਸੀਗਾ, ਅਤੇ ਨਾਲ ਤਾਂ ਜਾਣਾ ਹੀ ਹੋਊ ਫਿਰ ਤੈਂ। ਓਹੋ, ਕਿਉਂ ਇੰਨੀ ਉੱਚੀ ਬੋਲਦਾ ਗਾ? ਤੈਨੂੰ ਭੈਣ ਦਾ ਪਤਾ ਹੀ ਹੈ, ਮੈਂ ਜਾ ਕੇ ਕੀ ਕਰਨਾ ਹੈਗਾ? ਆਪੇ ਭੈਣ ਹਰੀ ਵਗ ਜਾਣਗੇ, ਲੈ ਆਉਣਗੇ। ਅੱਗੇ ਭੈਣ ਹੋਰੀ ਵਗ ਜਾਣਗੇ, ਉਹ ਜਦੋਂ ਕਾਕੇ ਬਾਈ ਨੇ ਆਪਾਂ ਨੂੰ ਕਹਿਤਾ ਹੈ, ਨਾਲੇ ਆਪਣਾ ਕਿਹੜਾ ਮੁੰਡਾ ਨਹੀਂ ਹੈਗਾ, ਉਹ ਉਹਨਾਂ ਦਾ ਬਾਲਾ ਗਾ। ਤੂੰ ਤਿਆਰ ਹੋ ਜਾ, ਚੁੰਨੀ ਜਾਨੀ ਬਦਲ ਲਾ, ਤੂੰ ਨਾਲ ਜਾਈ। ਮੈਂ ਤੈਨੂੰ ਐਂ ਕਹਿੰਦੀ ਹਾਂ, ਕਾਰਜ ਦਾ ਕੰਮ ਹੈ, ਕਾਹਨੂੰ ਇੰਨੀ ਉੱਚੀ ਬੋਲਦਾ ਗਾ? ਸਿਰੇ ਚੜ ਲੈਂਦੇ, ਐਵੇਂ ਨਹੀਂ ਆਪਣੇ ਪਿੱਛੇ ਕੋਈ ਨਾ ਕੋਈ ਕਲੇਸ਼ ਪੈ ਜੂ ਘਰ 'ਚ। ਫਿਰ ਤੂੰ ਐਂ ਕਹਿ ਦੇਣਾ ਵੀ ਆਪਾਂ ਆਪਦੇ ਚਾਅ ਮਾਰ ਲਈਏ। ਕਿਉਂ, ਚਾਹ ਮਾਰਨ ਵਾਲੀ ਕਿਹੜੀ ਗੱਲ ਹੈਗੀ? ਆਪਾਂ ਸਗੋਂ ਵਧੀਆ, ਸਾਰੀ ਤਾਂ ਖੁਸ਼ੀ ਮਨਾਈ ਜਾਂਦੇ ਹਾਂ, ਹੋਰ ਕੀ ਕਰੀਏ? ਕੋਈ ਨਹੀਂ, ਜਿਹੜਾ ਕੋਈ ਬਾਜ਼ਾਰ ਦੇ ਕੰਮ ਨੇ ਭੈਣ ਹਰੀ ਆਪੇ ਵਗ ਜਾਣਗੇ। ਓ ਯਾਰ, ਤੂੰ ਗੱਲ ਨਹੀਂ ਮੇਰੀ ਸਮਝਦੀ ਹੈਗੀ। ਓਏ ਆਪਾਂ ਨੂੰ ਹੁਣ ਆਪਾਂ ਹੋਰ ਦੇਖਣਾ ਵੀ ਕਿਹਨੂੰ? ਇੱਕ ਤਾਂ ਮੁੰਡਾ ਦੇਖਣ ਨੂੰ ਆਪਣੇ ਹੈ, ਅਤੇ ਆਪਾਂ ਉਹਦੇ ਸ਼ੌਂਕ ਨਹੀਂ ਪੂਰੇ ਕਰਾਂਗੇ ਨਾਲ ਜਾ ਕੇ, ਫਿਰ ਉਹ ਗੁੱਸੇ ਹੋਊ ਆਪਣੇ ਨਾਲ, ਕਹੂਗਾ ਤੁਸੀਂ ਗਏ ਨਹੀਂ ਹੈਗੇ। ਕੋਈ ਨਾ, ਹੌਲੀ ਬੋਲ ਲਓ, ਤੁਸੀਂ ਵਗ ਜਿਓ, ਉੱਚੀ ਕਿਉਂ ਬੋਲਦਾ? ਬਾਈ ਅੰਦਰ ਫਿਰਦਾ, ਸੁਣ ਲੂ ਨਾਲੇ। ਉਹ ਫਿਰ ਸੁਣ ਲੂ, ਫਿਰ ਬਾਈ ਕੀ ਆਪਾਂ ਨੂੰ ਕਹਿੰਦਾ? ਬਾਈ ਨੇ ਤਾਂ ਮੈਨੂੰ ਆਪ ਕਿਹਾ ਵੀ ਭਾਈ ਜਾਊਗੀ ਨਾਲ ਉਹ। ਤੁਸੀਂ ਵਗ ਜਿਓ, ਕੋਈ ਗੱਲ ਨਹੀਂ। ਉਹ ਸੁਣੀ ਜਾਂਦਾ ਭਾਈ, ਹੋਰ ਬਾਈ ਨੂੰ ਕਿਹੜਾ ਉੱਚਾ ਸੁਣਦਾ ਵੀ ਬਾਈ ਨੂੰ ਸੁਣਦਾ ਨਹੀਂ। ਤੁਸੀਂ ਜਾਓ ਨਾਲ ਭਾਈ, ਜਾ ਕੇ ਉੱਥੇ ਸਮਾਨ ਲਿਆਉਣਾ, ਜਿਹੜਾ ਖਰੀਦਦਾਰੀ ਕਰਨੀ ਕਰਾਓ ਜਾ ਕੇ। ਓਹ ਬਾਈ, ਮੈਂ ਤਾਂ ਐਂ ਕਹਿੰਦੀ ਸੀ ਵੀ ਘਰੇ ਕੋਈ ਹੈ ਨਹੀਂ, ਚੱਲ ਕੋਈ ਗੱਲ ਨਹੀਂ, ਮੈਂ ਘਰੇ ਰਹਿ ਜੂੰਗੀ, ਤੁਸੀਂ ਤੇ ਭੈਣ ਵਗ ਜਾਓ, ਫੜ ਲਿਓ ਜਿਹੜਾ ਸਮਾਨ ਫੜ ਕੇ ਲਿਆਉਣਾ, ਟੂਮਾ ਟਾਮਾ। ਘਰੇ ਹੈਗੇ ਆ ਭਾਈ ਅਸੀਂ, ਕੋਈ ਗੱਲ ਨਹੀਂ, ਤੁਸੀਂ ਜਾਓ। ਕੀ ਹੋ ਗਿਆ, ਕੀ ਗੱਲਬਾਤ ਹੋ ਰਹੀ ਹੈ? ਕੁਛ ਨਹੀਂ, ਉਹ ਤਾਂ ਬਾਈ ਐਂ ਕਹਿੰਦਾ ਸੀ, ਕਹਿੰਦਾ ਤੁਸੀਂ ਨਹੀਂ ਜਾਂਦੇ ਸ਼ਹਿਰ, ਟੂਮਾ ਟਾਮਾ ਫੜ ਲਿਓ। ਮੈਂ ਚੱਲ ਕੋਈ ਨਹੀਂ, ਮੈਂ ਘਰੇ ਕੰਮ ਕਾਰ ਕਰ ਲੂੰਗੀ, ਤੁਸੀਂ ਵਗ ਜਾਓ।
ਆਹੋ ਚੱਲ ਫਿਰ ਹੁਣ ਠੀਕ ਤਾਂ ਕਹਿੰਦੀ ਹੈ, ਆਏਗੇ ਦਾ ਘਰ ਹੈ, ਵਿਆਹ ਦਾ ਕਾਰਜ ਹੈ, ਅਤੇ ਹੁਣ ਤੂੰ ਮੇਰੀ ਗੱਲ ਸੁਣੋ ਵੀ ਆਪਾਂ ਸਾਰੇ ਟੱਬਰ ਜਾਂਦੇ ਸੋਹਣੇ ਲੱਗਦੇ ਹਾਂ, ਦੋਨੇ ਵਗ ਚੱਲਦੇ ਹਾਂ, ਇਹ ਘਰੇ ਕੰਮ ਸਾਂਭ ਲੂਗੀ, ਨਾ ਤਾਂ ਦੇਖ ਹੁਣ ਅਮਨ ਆਈ ਹੈਗੀ, ਚਲੋ ਉਹ ਆਈ ਹੁੰਦੀ ਫਿਰ ਵੀ ਇੱਕ ਜਾਣੀ ਮੇਰੇ ਨਾਲ ਤੁਰ ਜਾਂਦੀ, ਟੂਮਾਂ ਹੀ ਫੜ ਕੇ ਲਿਆਉਣੀਆਂ ਨੇ, ਹੁਣ ਫੜ ਲਿਆਵਾਂਗੇ, ਉੱਥੇ ਆਉਣ ਜਾਣ ਲੱਗੂਗਾ, ਕਿੰਨਾ ਕੁ ਟਾਈਮ ਲੱਗਣਾ ਸਾਨੂੰ। ਨਾਲੇ ਮੇਰੇ ਕੋਲ ਨਾ ਪ੍ਰਾਹੁਣੇ ਦਾ ਫੋਨ ਆਇਆ ਸੀਗਾ, ਅਮਨ ਹੋਣੀ ਤਾਂ ਅੱਜ ਆਉਣਗੇ, ਆਉਣ ਵਾਲੀ ਹੋਣਗੇ ਅਸਲ ਮੇ ਤਾਂ ਉਹ। ਹਾਂ ਚੱਲ ਫਿਰ ਤਾਂ ਹੀ ਕਹਿੰਦੀ ਹਾਂ, ਮੈਂ ਘਰੇ ਰਹਿ ਜਾਂਦੀ ਹਾਂ, ਤੁਸੀਂ ਵਗ ਜਾਓ, ਕੋਈ ਗੱਲ ਨਹੀਂ, ਹੋਰ ਹੋਰ ਨਾਲੇ ਤਾਂ ਪਾਰਟੀ ਤੋਂ ਪੈਸੇ ਪੂਸੇ ਫੜ ਲਿਆਵਾਂਗੇ, ਅਤੇ ਨਾਲੇ ਆਪਾਂ ਟੂਮਾਂ ਫੜ ਲਿਆਵਾਂਗੇ। ਬੇ ਮੈਂ ਕਿਹੜਾ ਉੱਧਰ ਦੀ ਉੱਧਰ ਬਹੂ ਨੂੰ ਪਾ ਆਉਂਗੀ, ਘਰੇ ਹੀ ਲਿਆਉਂਗੀ, ਹਾਂ ਕਿਉਂ ਝਾਕਦਾ ਮੇਰੇ ਕਨੀ, ਦੇਖ ਲੂਗੀ ਘਰੇ ਆਈ ਜਾਂ। ਗੱਲ ਸੁਣੋ, ਤੁਸੀਂ ਚੱਜ ਦੇ ਕੰਮ ਚੱਲਿਓ, ਘਰੇ ਕਲੇਸ਼ ਨਾ ਕਰੋ, ਘਰੇ ਫਿਰ ਅਸੀਂ ਹੈਗੇ ਹਾਂ, ਹੋਰ ਕੀ ਆ, ਅਸੀਂ ਫਿਰ ਰਹਿ ਲੈਂਦੇ ਹਾਂ। ਕਲੇਸ਼ ਵਾਲੀ ਕਿਹੜੀ ਗੱਲ ਹੈ, ਚ ਆੜਤੀਆਂ ਵਾਲਾ ਕੰਮ ਮੈਂ ਆਪੀ ਕਰਿਆਊਂਗਾ, ਪੈਸਿਆਂ ਦਾ ਜਿਹੜਾ ਲਿਆਉਣੇ ਨੇ, ਤੁਸੀਂ ਜਿਹੜਾ ਕੰਮ ਆਹ ਸੋਨੇ ਸੁਨੇ ਦਾ, ਇਹ ਦੋਨੇ ਭੈਣਾਂ ਜਾ ਕੇ ਕਰਕੇ ਨਿਬੜ ਕੇ ਆਓ। ਲੈ ਬੁੜੀਆਂ ਬੁੜੀਆਂ ਦਾ ਸਾਡਾ ਕੁਛ ਵੱਟੀ ਦਾ ਫਿਲ ਹੱਥ 'ਚ, ਸਾਡੇ ਸਿਉਣਾ ਉਹ ਕੋਲ, ਤੂੰ ਚੱਲ ਨਾਲ, ਬੰਦਾ ਚਾਹੀਦਾ ਨਾਲ। ਸਹੀ ਗੱਲ ਹੈ ਬਾਈ, ਕਿਉਂ ਜਿੱਦ ਕਰਦਾ, ਕੋਈ ਨਹੀਂ ਜਾ ਵਗ ਜਾਓ, ਫੜ ਲਿਓ ਸਮਾਨ ਹੀ, ਫੜਨ ਤਾਂ ਜਾਣਾ, ਉੱਥੇ ਕਿਹੜਾ ਕੁਛ ਹੋਰ ਲਿਆਉਣਾ ਗਾ, ਜਾਉਂਗੇ ਜਾ ਕੇ ਮਿੰਟ 'ਚ ਆ ਜਾਉਂਗੇ, ਸਾਰੇ ਟੱਬਰ ਨੇ ਕੀ ਕਰਨਾ ਉੱਥੇ। ਪਤਾ ਕੀ, ਆਪਣੇ ਬਾਈ ਵਿਆਹ ਰੱਖਿਆ ਹੋਇਆ, ਕੋਈ ਨਾ ਕੋਈ ਆਇਆ ਗਿਆ ਆਉਂਦਾ ਹੀ ਰਹਿੰਦਾ ਘਰੇ, ਫਿਰ ਘਰੇ ਵੀ ਤਾਂ ਕੋਈ ਬੰਦਾ ਚਾਹੀਦਾ ਗਾ। ਹਾਂ ਸਹੀ ਗੱਲ ਹੈ, ਤੇ ਫਿਰ ਮਾਲ ਡੰਗਰ ਦਾ ਵੀ ਦੇਖਣਾ ਗਾ, ਮੈਥੋਂ ਤਾਂ ਨਹੀਂ ਜਾਇਆ ਜਾਂਦਾ ਹੈਗਾ, ਇਹ ਜਾਂਦੀਆਂ ਨੂੰ ਲੈ ਜਾਓ। ਮੇਰੀ ਗੱਲ ਤਾਂ ਸੁਣ ਲਓ, ਤੁਸੀਂ ਉੱਧਰ ਹਲਵਾਈਆਂ ਵਾਲੇ ਪਾਸੇ ਜਾਇਓ, ਬਾਈ ਹੇਰੀ ਸ਼ਹਿਰ ਜਾਏ ਆਉਂਦੇ ਨੇ, ਮੈਂ ਕੋਈ ਨਹੀਂ ਇਕੱਲੀ ਹੈਗੀ ਹਾਂ ਘਰੇ, ਜਿਹੜਾ ਕੋਈ ਆਊਗਾ ਚਾਹ ਪਾਣੀ ਕੋਈ ਨਹੀਂ, ਮੈਂ ਆਪੇ ਫੜਾ ਦੂੰਗੀ। ਚਾਹ ਪਾਣੀ ਤਾਂ ਫੜਾ ਦੇਂਗੀ, ਫਿਰ ਬਾਈ ਗੁੱਸੇ ਹੋਊਗਾ। ਕੋਈ ਨਾ, ਫਿਰ ਬੰਦਿਆਂ ਵਾਲੇ ਕੰਮ ਵੀ ਦੇਖਦੇ ਪਏ ਨੇ ਬਾਈ, ਹੁਣ ਤੈਨੂੰ ਵੀ ਪਤਾ ਹੀ ਹੈਗਾ, ਹੈ ਕੜਾਹੀ ਵਾਲੇ ਬੰਦਿਆਂ ਨੂੰ ਵੀ ਕਹਿਣਾ ਹੈਗਾ, ਸਾਰਾ ਤੂੰ ਘਰ ਵਾਲਾ ਨਿਮੇੜ ਲੈ, ਅਸੀਂ ਬਾਜ਼ਾਰ ਵਾਲਾ ਕੰਮ ਨਿਮੇੜ ਆਉਂਦੇ ਹਾਂ, ਚੱਲ ਇਹ ਘਰੇ ਹੈਗੀ ਆ, ਫਿਰ ਠੀਕ ਤਾਂ ਕਹਿੰਦੀ ਹੈ, ਹੁਣ ਕਿਉਂ ਤੁਹਾਡੇ ਪਿੱਸੂ ਪੈ ਰਹੇ ਨੇ, ਮੈਨੂੰ ਸਮਝ ਨਹੀਂ ਆਉਂਦੀ ਹੈਗੀ। ਜਾ ਬਾਈ ਕੋਈ ਗੱਲ ਨਹੀਂ, ਜਾ ਵਗ ਜਾਓ ਫਿਰ, ਹੋਰ ਕਾਹਨੂੰ ਕਬੇ, ਰੱਬ ਨਹੀਂ ਪਾਤੇ ਪਿੱਛੂ ਦਾ ਕੀ ਪੈਣਾ ਸਾਡੇ। ਲੈ ਦੇਖ ਲੈ, ਬਸ ਕਰ ਕਰ, ਮੈਂ ਹੁਣ ਹੋਰ ਗੱਲਾਂ ਤੂੰ ਲੈ ਕੇ ਬਹਿ ਗਿਆ, ਲੈ ਫਿਰ ਹਾਂ ਹੋਰੇ ਮਾਰਨ ਲੱਗ ਜਾਂਦੇ ਹੋ ਭਾਈ ਤੁਸੀਂ ਤਾਂ। ਓਹੋ ਚੱਲ ਕੋਈ ਨਾ ਭੈਣੇ, ਇਹ ਤਾਂ ਉਹੀ ਸੁਭਾਅ ਹੈ ਤੈਨੂੰ ਪਤਾ ਬੋਲਣ ਦਾ, ਜਾ ਵਗ ਜਾਓ ਤੁਸੀਂ, ਕੋਈ ਗੱਲ ਨਹੀਂ। ਕੋਈ ਨਹੀਂ ਬਾਈ, ਤੂੰ ਵਗ ਜਾ, ਨਾਲੇ ਤਾਂ ਆੜਤੀਆਂ ਤੋਂ ਪੈਸੇ ਪੂਸੇ ਫੜ ਲਈ, ਨਾਲੇ ਜਿਹੜਾ ਬਾਜ਼ਾਰ ਦੇ ਕੰਮ ਆ ਫਿਰ ਤੁਸੀਂ ਦੋਨੇ ਜਣੇ ਵਗ ਜਾਓ ਕਰੇ। ਜਾਂਦੇ ਅਸੀਂ ਤਾਂ, ਤੂੰ ਮੇਰੀ ਗੱਲ ਸੁਣਾ ਏ ਕਰੀ, ਤੇ ਆਹ ਕੰਮ ਧੰਦਾ ਜਾਂ ਨਿਬੇੜ ਕੇ ਮਾੜਾ ਜਿਹਾ ਆਪਣੇ ਘਰਾਂ 'ਚ ਵੀ ਕਿਹਾ ਹੈ, ਚੰਗਾ? ਠੀਕ ਹੈ ਕੋਈ ਨਹੀਂ, ਮੈਂ ਜਾ ਆਊਂਗੀ। ਕਿਹਾ ਹੈ ਸਾਰੀਆਂ ਨੂੰ, ਠੀਕ ਹੈ ਠੀਕ ਹੈ ਭਾਈ, ਕੜਾਹੀ ਚੜੂਗੀ ਕਹਦੇ, ਤੇ ਪਹੁੰਚੋ ਆਖ ਲੱਡੂ ਲੁੱਡੂ ਪਟਾਉਣ ਨੂੰ ਆਖ, ਕੰਮ ਵਾਲੀ ਸਾਡੀ ਆਊਗੀ ਸੱਦਣ, ਤੇ ਸਾਰਾ ਕੇਰਾਂ ਪਹਿਲਾਂ ਆਪ ਕਿਹਾ ਜਾ ਕੇ, ਚੰਗਾ? ਚੱਲ ਮੈਂ ਕੋਈ ਨਹੀਂ, ਹਜੇ ਡੀਕਦੀਆਂ ਗਰਾਵਾਂ ਨੂੰ ਆ ਜਾਂਦੇ, ਫਿਰ ਵਜਾ ਆਉਂਗੀ। ਆਹੋ ਚੱਲ ਦੋਨੇ ਜਾ ਆਇਓ, ਜਾ ਠੀਕ ਹੈ, ਤੁਰ ਆ ਜਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਭਾਬੀ ਇਹੋ ਜਿਹੀਆਂ ਗੱਲਾਂ ਕਾਹਤੋਂ ਕਰਨ ਲੱਗ ਜਾਂਦੀ ਆ। ਆ ਦੇਖ ਲਾ, ਮਾੜੀ ਜਿਹੀ ਗੱਲ ਹੋਈ ਸੀਗੀ ਬਾਜ਼ਾਰ ਜਾਣ ਦੀ, ਉਹਦੀ ਲੱਗ ਗਈ, ਕਰਨਾ ਉਹ ਠੀਕ ਆ, ਫਿਰ ਅਸੀਂ ਜਾ ਆਉਂਦੇ ਆ, ਵੀ ਅਸੀਂ ਕਿਹੜਾ ਕੋਈ ਮਾੜਾ ਚਾਹੁੰਦੇ ਹਾਂ ਹਰਜੀਤ ਦਾ। ਮੈਂ ਤਾਂ ਹੀ ਤੁਹਾਨੂੰ ਕਹਿੰਦੀ ਹਾਂ ਵੀ ਕੋਈ ਇਹੋ ਜਿਹੀ ਗੱਲ ਨਾ ਬੋਲ ਦਿਓ ਜਿਹਦੇ ਕਰਕੇ ਘਰੇ ਲੜਾਈ ਪੈ ਜੇ, ਹੈ ਕਾਰਜ ਦਾ ਕੰਮ ਹੈ, ਵਧੀਆ ਸੁੱਖ ਨਾਲ ਹੋ ਜੇ ਸਾਰਾ ਕੰਮ। ਜਦੋਂ ਬੰਦੇ ਦਾ ਮਨ ਦੁਖੀ ਹੁੰਦਾ ਨਾ, ਫਿਰ ਕੋਈ ਨਾ ਕੋਈ ਗੱਲ ਤਾਂ ਮੂੰਹੋਂ ਨਿਕਲ ਹੀ ਜਾਂਦੀ ਆ। ਕਿਹਾ ਤਾਂ ਜਾਂਦਾ, ਫਿਰ ਕੀ ਕਰੀਏ ਹੁਣ, ਕੋਈ ਨਾ। ਬਾਈ ਕਾਕਾ ਸਿਆ, ਸਾਰੀਆਂ ਵਿਆਹ ਦੀਆਂ ਤਿਆਰੀਆਂ ਹੋ ਗਈਆਂ? ਬਾਈ ਵਿਆਹ ਦੀਆਂ ਤਿਆਰੀਆਂ ਤਾਂ ਹੋ ਗਈਆਂ, ਪਰ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੈ। ਕਿਹੜੀ ਗੱਲ ਤੋਂ ਦੁਖੀ ਹੈ ਬਾਈ ਮਨ? ਬਾਈ ਤੈਨੂੰ ਪਤਾ ਹੀ ਹੈ ਆਪਣੇ ਘਰ ਰੋਜ਼ ਕਲੇਸ਼ ਪੈਂਦਾ, ਮੈਨੂੰ ਐਂ ਲੱਗਦਾ ਮੈਂ ਕਿਸੇ ਦੀਆਂ ਖੁਸ਼ੀਆਂ 'ਤੇ ਦਾਬਾ ਮਾਰੀ ਬੈਠਾਂ, ਵੀ ਆਹ ਜਿਹੜੀਆਂ ਗੱਲਾਂ ਨੇ ਸਾਰੀਆਂ ਦੱਸਦਾ। ਬਾਈ ਕਾਹਦੀ ਖਾਤਰ, ਇੱਕ ਬੰਦਾ ਤਾਂ ਸਾਰੀ ਜ਼ਿੰਦਗੀ ਦੁੱਖ ਝੱਲ ਗਿਆ, ਦੂਜੇ ਬੰਦੇ ਤੋਂ ਇਹ ਦੁੱਖ ਝੱਲਿਆ ਨਹੀਂ ਜਾਣਾ, ਹੁਣ ਤੂੰ ਇਸ ਗੱਲ ਦਾ ਰਾਜ ਹੀ ਰਹਿਣ ਦੇ ਬਾਈ। ਬਾਈ ਕੀ ਕਰਾਂ, ਮੇਰਾ ਤਾਂ ਜੀ ਕਰਦਾ ਵੀ ਮਨ 'ਚ ਕੋਈ ਗੱਲ ਵੀ ਨਾ ਰੱਖਾਂ, ਸਾਰੀ ਸੱਚਾਈ ਦੱਸਦਾ। ਬਾਈ ਇਹ ਗੱਲਾਂ ਮਨ 'ਚ ਰੱਖ ਕੇ ਤਾਂ ਮੈਨੂੰ ਮੌਤ ਵੀ ਨਹੀਂ ਆਉਣੀ। ਬਾਈ ਕਿਉਂ ਮਰਨ ਮਰਾਉਣ ਵਾਲੀਆਂ ਗੱਲਾਂ ਕਰਦਾ? ਰੱਬ ਨੇ ਮਸਾਂ ਤਾਂ ਇਸ ਘਰ ਦੇ ਉੱਤੇ ਖੁਸ਼ੀਆਂ ਵਾਲਾ ਦਿਨ ਲਿਆਂਦਾ, ਤੂੰ ਆਪਦਾ ਚਾਈ ਚਾਈ ਮੁੰਡਾ ਵਿਆਹ, ਜਿਹੜੀ ਗੱਲ ਦੱਬੀ ਪਈ ਹੈ ਉਹਨੂੰ ਦੱਬੀ ਰਹਿਣ ਦੇ, ਕਿਉਂ ਪੁਰਾਣੀਆਂ ਗੱਲਾਂ ਛੇੜ ਕੇ ਆਪਦੇ ਦਿਲ ਨੂੰ ਦੁਖੀ ਕਰਦਾ?
ਇਸੇ ਗੱਲ ਦਾ ਤਾਂ ਦੁੱਖ ਹੈ ਬਾਈ, ਕਿਸੇ ਦੀਆਂ ਖੁਸ਼ੀਆਂ 'ਤੇ ਮੇਰਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ ਬਾਈ। ਬਾਈ ਕਾਕੇ, ਆਹ ਗੱਲ ਕਹਿ ਕੇ ਤਾਂ ਤੂੰ ਆਪਦਾ ਭਰਾ ਵੀ ਬਗਾਨਾ ਕਰਤਾ। ਕਦੇ ਭਰਾਵਾਂ ਦੇ ਵਿੱਚ ਵੀ ਕੋਈ ਫਰਕ ਹੋਇਆ? ਤੇਰਾ ਪੁੱਤ ਹੋਇਆ ਜਾਂ ਉਹਦਾ ਹੋਇਆ, ਇੱਕੋ ਹੀ ਗੱਲ ਹੈ, ਚਾਈ ਚਾਈ ਤੁਸੀਂ ਆਪਦਾ ਮੁੰਡਾ ਵਿਆਹੋ। ਬਾਈ ਆਹ ਸਾਰੀਆਂ ਗੱਲਾਂ ਸੋਚ ਕੇ ਨਾ ਆਪਦਾ ਮਨ ਸਮਝਾ ਲੈਣਾ। ਚੱਲ ਛੱਡ ਬਾਈ, ਐਂ ਕਰੀ ਅਤੇ ਆਪਣੇ ਹੁਣ ਕਾਰਜ ਦਾ ਕੰਮ ਹੈ ਭਾਈ, ਤੂੰ ਗੌਰ ਰੱਖਣੀ ਹੈ ਸਾਰੀ, ਮੂਹਰੇ ਹੋ ਕੇ ਕੰਮ ਧੰਦਾ ਦੇਖਣਾ ਆਪਣਾ। ਕੋਈ ਗੱਲ ਨਹੀਂ ਬਾਈ ਕਾਕੇ, ਤੂੰ ਫਿਕਰ ਨਾ ਕਰ, ਮੈਂ ਹੈਗਾ, ਕਿਸੇ ਵੀ ਚੀਜ਼ ਦੀ ਟੈਨਸ਼ਨ ਲੈਣ ਦੀ ਤੈਨੂੰ ਲੋੜ ਨਹੀਂ ਹੈਗੀ। ਚੱਲ ਖੜਾ ਹੋ ਫਿਰ, ਦੇਖੀਏ ਕੋਈ ਕੰਮ ਕਾਰ। ਆ ਜਾ। ਹਾਂ ਬਾਈ, ਮੇਰੀ ਗੱਲ ਸੁਣ ਭੈਣੇ, ਉਹ ਆਉਂਦੇ ਆ ਮਗਰ ਤੁਸੀਂ ਆਪਦੀ ਪਾਣੀ ਪੂਣੀ ਬਾਰਨ ਵਾਲੀ ਤਿਆਰੀ ਕਰ ਲਓ। ਸਾਰੀ ਤਿਆਰੀ ਕੀਤੀ ਪਈ ਹੈ, ਕਿੱਥੇ ਕਰੇਗੇ? ਆਹ ਆਉਂਦੇ ਆ ਮਗਰਲੇ ਪਿੰਡ ਹੀ ਸੀਗੇ, ਤੇ ਮੈਂ ਉਧਰ ਜਾ ਕੇ ਦੇਖਦਾ ਹਲਵਾਈਆਂ ਹਲਵਾਈਆਂ ਕਿੰਨੀ, ਤੇ ਤੁਸੀਂ ਆਪਦਾ ਕਰੋ ਸਮਾਨ ਤਿਆਰ। ਚੱਲ ਕੋਈ ਗੱਲ ਨੀ, ਤੂੰ ਬੰਦਿਆਂ ਨੂੰ ਦੇਖ ਬਾਈ, ਇਹ ਤਾਂ ਸਾਡੀ ਤਿਆਰੀ ਹੋਈ ਪਈ ਹੈ ਸਾਰੀ। ਬਸ ਠੀਕ ਹੈ, ਚੰਗਾ। ਨੀ ਭਾਬੀ, ਭਾਬੀ ਪਹੁੰਚਣ ਵਾਲੇ, ਛੇਤੀ ਹੋ ਜਾਏ ਤਿਆਰ ਤੂਰ। ਲੈ ਸਾਰੀ ਤਿਆਰੀ ਹੁਣ ਤਾਂ ਹੋਈ ਪਈ ਆ, ਲੱਡੂਆਂ ਦੇ ਦੋ ਜੋੜੇ ਧਰ ਲਾਂ, ਭਾਬੀ ਵਰਕੇ ਨੂੰ ਮਾਰਾਂ ਮਾਰ ਜਾ। ਮੇਰੀ ਗੱਲ ਸੁਣੀ, ਆਹ ਫੜੀ ਭਾਬੀ ਬਣ ਕੇ, ਤੇ ਮੈਂ ਉਹਨੂੰ ਭਾਬੀ ਨੂੰ ਫਲਕਾਰੀ ਕੱਢ ਕੇ ਦੇ ਦਾਂ। ਹਾਏ ਮੈਂ ਮਰ ਜਾ, ਨੀ ਤੇਰਾ ਬਹਿ ਜੇ, ਨੀ ਤੇਰਾ ਬੇੜਾ, ਨੀ ਕਿਉਂ ਮੇਰੇ ਪੁੱਤ ਦੇ ਪਿੱਛੇ ਪੈ ਗਈ ਹੱਥ ਧੋ ਕੇ, ਮਨੂਸ ਕਿਸੇ ਥਾਂ ਦੀ ਉਰਾ ਫੜਾ ਥਾਲੀ, ਕੱਢੋ ਵੱਡੀ ਨੇ ਕਿੱਥੇ ਲਹੂ ਪੀਤਾ, ਜਦੋਂ ਮੈਂ ਤੈਨੂੰ ਕਿਹਾ ਗਾ ਵੀ ਤੂੰ ਕਿਸੇ ਸਜਣਾ 'ਚ ਨਾ ਬੜਿਆ ਕਰ, ਨਾ ਬੜਿਆ ਕਰ, ਫਿਰ ਨੀ ਖਹਿੜਾ ਛੱਡਦੀ, ਇਹੀ ਚਾਹੁੰਦੀ ਹੈ ਨਾ ਵੀ ਇਹਦੇ ਪੁੱਤ ਦੀ ਦਿਹਾੜੀ ਨਾ ਵਧੇ, ਨੀ ਤੂੰ ਬਾਂਝ ਬਾਂਝ ਕਿਸੇ ਥਾਂ ਦੀ। ਓਏ ਕਿਉਂ ਬੋਲੀਏ ਨੀ, ਬਾਂਝ ਇਹ ਨਹੀਂ, ਬਾਂਝ ਤੂੰ ਹੈ ਤੂੰ। ਮੈਂ ਕਿਉਂ ਬਾਂਝ, ਮੈਂ ਤਾਂ ਇੱਕ ਪੁੱਤ ਦੀ ਮਾਂ। ਉਹ ਪੁੱਤ ਤੇਰਾ ਨਹੀਂ, ਤੇਰੀ ਦਰਾਣੀ ਦਾ ਹੈ। ਭਾਈ ਹਾਂ, ਇਹ ਕੀ ਕਹੀ ਜਾਂਦੇ ਹੋ? ਮੈਂ ਦੱਸਦਾ ਤੈਨੂੰ ਸਾਰੀ ਸੱਚਾਈ ਅੱਜ ਵੀ ਕੀ ਹੋਇਆ ਸੀ। ਜਦੋਂ ਤੇਰੇ ਪੁੱਤ ਹੋਇਆ ਸੀ ਉਹ ਮਰਿਆ ਹੋਇਆ ਪੈਦਾ ਹੋਇਆ ਸੀ। ਕਿਉਂ ਕੁੱਤੇ ਵਾਂਗੂ ਭੁੱਕੀ ਜਾਂਦਾ, ਮੂੰਹ ਸੰਭਾਲ ਕੇ ਗੱਲ ਕਰ, ਮੇਰਾ ਪੁੱਤ ਜਿਉਂਦਾ ਜਾਗਦਾ, ਜਿਉਂਦੇ ਜਾਗਦੇ ਨੂੰ ਮਾਰੀ ਜਾਂਦਾ। ਉਹ ਜਿਉਂਦਾ ਜਾਗਦਾ ਪੁੱਤ ਤੇਰਾ ਨਹੀਂ, ਆਹ ਕਰਮਾ ਮਾਰੀਦਾ ਜਿਹਨੂੰ ਤੂੰ ਥਾਂ ਥਾਂ ਤੇ ਜਲੀਲ ਕੀਤਾ, ਤੇ ਇਹਨੇ ਵਿਚਾਰੀ ਨੇ ਸੀ ਵੀ ਨਹੀਂ ਵੱਟੀ ਕਦੇ। ਓਹੋ ਕਾਕੇ, ਮੈਂ ਤੈਨੂੰ ਕਿੰਨਾ ਸਮਝਾਇਆ ਸੀ ਵੀ ਇਹ ਗੱਲ ਨੂੰ ਤੂੰ ਜਾਗਰ ਨਾ ਕਰੀ, ਪਰ ਤੂੰ ਦੱਸ ਕੇ ਹਟੇ, ਇੱਕ ਗੱਲ ਨਹੀਂ ਮੰਨੀ ਮੇਰੀ। ਉਹ ਬਾਈ ਮੈਂ ਮਨ ਦੇ ਵਿੱਚ ਗੱਲਾਂ ਕਰਮੇ ਰੱਖ ਲੈਂਦਾ, ਨਾਲੇ ਅਗਲਾ ਪੁੱਤ ਦੇਵੇ ਤੇ ਨਾਲੇ ਜਲੀਲ ਹੋਵੇ, ਬਾਈ ਮੈਂ ਕਿਸੇ ਦੇ ਖੁਸ਼ੀਆਂ ਦਾ ਗਲਾ ਨਹੀਂ ਘੋਟ ਸਕਦਾ। ਬੇ ਕਿਉਂ ਮੇਰੀਆਂ ਖੁਸ਼ੀਆਂ ਦਾ ਬੈਰੀ ਬਣਿਆ, ਮੈਂ ਇਹ ਗੱਲ ਨਹੀਂ ਸੁਣ ਸਕਦੀ, ਉਹ ਮੇਰਾ ਪੁੱਤ ਹੈ ਮੇਰਾ। ਹਾਂ ਸੱਚ ਸੁਣਨਾ ਬਹੁਤ ਔਖਾ ਹੈ, ਆਹ ਦੱਸੀ ਭੈਣੇ ਸੱਚਾਈ ਨੂੰ ਸਾਰੀ। ਲੈ ਭਾਬੀ ਅੱਜ ਤੂੰ ਸੱਚਾਈ ਸੁਣ ਲੈ, ਬਾਂਝ ਇਹ ਭਾਬੀ ਨਹੀਂ, ਕਹਿਣਾ ਤਾਂ ਦੁਖੀ ਹੈ ਪਰ ਬਾਂਝ ਤੂੰ ਆਗੀ। ਜਦੋਂ ਤੇਰੇ ਪੁੱਤ ਹੋਇਆ ਸੀ ਨਾ, ਉਹ ਮਰਿਆ ਹੋਇਆ ਪੈਦਾ ਹੋਇਆ ਸੀ, ਡਾਕਟਰ ਨੇ ਸਾਨੂੰ ਮਜਬੂਰ ਕਰਤਾ ਸੀ ਵੀ ਜੇ ਇਹਦੀ ਗੋਦੀ ਜਵਾਕ ਨਾ ਹੋਇਆ ਤਾਂ ਇਹਨੂੰ ਅਟੈਕ ਆ ਜੂਗਾ, ਇਹ ਮਰ ਜੂ। ਅਸੀਂ ਤੇ ਨਾ ਭੈਣ ਭਰਾਵਾਂ ਨੇ ਸੋਚਿਆ ਵੀ ਸਾਡਾ ਜਵਾਕ ਤਾਂ ਗਿਆ, 10 ਸਾਲਾਂ ਬਾਅਦ ਤੇਰੀ ਰੱਬ ਨੇ ਮਸਾਂ ਸੁਣੀਆ ਵੀ ਇਹ ਤਾਂ ਛੋਟੀ ਹੈ ਹਜੇ, ਇਹਦੇ ਤਾਂ ਜਵਾਕ ਦੁਬਾਰੇ ਹੋ ਜੂ, ਪਰ ਕਿਤੇ ਨਾ ਕਿਤੇ ਅਸੀਂ ਇਹਦੀਆਂ ਖੁਸ਼ੀਆਂ ਦਾ ਗਲਾ ਘੋਟਿਆ। ਭਾਬੀ ਹੋ ਸਕਿਆ ਸਾਨੂੰ ਮਾਫ਼ ਕਰ ਦੀ, ਅਸੀਂ ਤੇਰੇ ਬਹੁਤ ਵੱਡੇ ਗੁਨੇਗਾਰ। ਅਮਨ ਕਹਿੰਦੇ ਇਹ ਝੂਠ ਹੈ, ਹਰਜੀਤ ਇਹਦਾ ਪੁੱਤ ਨਹੀਂ, ਹਰਜੀਤ ਮੇਰਾ ਪੁੱਤ ਹੈ। ਭਾਬੀ ਹਰਜੀਤ ਤੁਹਾਡਾ ਦੋਵਾਂ ਦਾ ਪੁੱਤ ਹੈ, ਤਾਂ ਹੀ ਤੈਨੂੰ ਕਹਿਣੇ ਆ, ਕਦੇ ਕਿਸੇ ਨੂੰ ਤਾਨੇ ਮੀਣੇ ਨਹੀਂ ਦੇਈਦੇ ਹੁੰਦੇ, ਪਤਾ ਨਹੀਂ ਰੱਬ ਕਿਹੜੀਆਂ ਗੱਲਾਂ 'ਚ ਰਾਜੀ ਹੈ। ਉਹਦਾ ਵੀ ਜਿਗਰਾ ਦੇਖ, ਅਸੀਂ ਪਲ ਪਲ ਮਰਦੇ ਸੀ, ਪਲ ਪਲ ਮਰਦੇ ਸੀ, ਐਡਾ ਬੋਝ ਲੈ ਕੇ ਪਤਾ ਨਹੀਂ ਜ਼ਿੰਦਗੀ ਕਿਵੇਂ ਜਿਉਂਦੇ ਸੀ। ਸਾਡੇ ਚਾਰਾਂ ਜਣਿਆਂ ਦੇ ਦਿਮਾਗ 'ਤੇ ਬਹੁਤ ਵੱਡਾ ਬੋਝ ਸੀ, ਸਾਨੂੰ ਉਸ ਸਮੇਂ ਕੁਛ ਨਹੀਂ ਦਿੰਦਾ ਸੀ, ਸਾਨੂੰ ਇਹ ਸੀ
ਵੀ ਤੇਰੀ ਜਾਨ ਬਚ ਜੇ, ਇਹ ਘਰ ਬਚ ਰਹੇ। ਪਰ ਬਦਕਿਸਮਤੀ ਛੋਟੀ ਭਾਬੀ ਦੀ, ਉਹਨੂੰ ਰੱਬ ਨੇ ਇਦੂ ਵੱਧ ਦੋ ਪੁੱਤ ਦਿੱਤੇ ਤੇ ਦੋ ਮਹੀਨੇ ਛੱਡੇ, ਜਿਹਨੇ ਅੱਜ ਤੱਕ ਤੈਥੋਂ ਹਰ ਗੱਲ ਤੇ ਬਦਕਿਸਮਤ ਬਾਂਝ ਪਤਾ ਨੀ ਕੀ ਕੀ ਸੁਣਿਆ ਭਾਬੀ। ਚੱਲ ਕੋਈ ਨਾ ਅਮਨ, ਕਿਹੜੀ ਹੋ ਗਈ, ਕੋਈ ਗੱਲ ਨੀ ਭੈਣੇ। ਸਮਾਂ ਗਾ, ਤੁਹਾਡੇ ਪੁੱਤ ਦੀ ਡੋਲੀ ਬਾਹਰ ਚ ਖੜੀ ਹੈਗੀ, ਉਹਦੇ ਉੱਤੋਂ ਪਾਣੀ ਵਾਰ ਕੇ ਪੀਓ। ਲੈ ਫਿਰ ਛੁੱਟੀਏ, ਪਾਣੀ ਤੂੰ ਵਾਰੇਂਗੀ ਹੁਣ। ਨਹੀਂ ਨਹੀਂ ਭੈਣੇ, ਨਹੀਂ, ਹੱਕ ਤਾਂ ਤੇਰਾ ਹੀ ਹੈ, ਜਦੋਂ ਹਰਜੀਤ ਨੂੰ ਪਾਲਿਆ ਤੂੰ ਹੈ ਤਾਂ ਇਹ ਹੱਕ ਵੀ ਤੇਰਾ ਹੀ ਹੈ। ਕੋਈ ਨਾ, ਪਾਣੀ ਤਾਂ ਵਾਰ ਲੈ। ਨਹੀਂ 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 ਭਾਬੀ, ਤੂੰ ਤੇਰਾ ਪੁੱਤ ਹੈ, ਤੇਰੇ ਰਹੋ, ਰਲ ਮਿਲ ਕੇ ਰਹੋ। ਚਲੋ ਆ ਜਾ, ਆਪਾਂ ਪਾਣੀ ਵਾਰਨ ਦੀ ਰਸਮ ਕਰਦੇ ਹਾਂ। ਆ ਜਾ। ਪਾਣੀ ਵਾਰ ਬੰਨੇ ਦੀਏ ਮਾਏ, ਬੰਨਾ ਬੰਨੀ ਬਾਰ ਖੜੇ। ਪਾਣੀ ਵਾਰ ਬੰਨੇ ਦੀਏ ਮਾਏ, ਬੰਨਾ ਬੰਨੀ ਬਾਰ ਖੜੇ। ਦੇਖੀ ਮਾਂ, ਸਾਰਾ ਪਾਣੀ ਨਾ ਪੀਜੀ, ਕਿਤੇ ਬਲੱਡ ਵਧਾ ਲੈ। ਸੋਚ ਨਾ ਕਰ ਪੁੱਤ, ਅੱਜ ਨੀ ਮੇਰਾ ਬਲੱਡ ਵੱਧਦਾ, ਅੱਜ ਤਾਂ ਮੈਨੂੰ ਬਾਹਲੀ ਖੁਸ਼ੀ ਹੈਗੀ। ਲੈ ਸੋਨੀਆ, ਤੂੰ ਬਾਰ ਪਾਣੀ। ਹੈ ਮਾਂ, ਇਹ ਕੀ ਗੱਲ ਹੋ ਗਈ, ਕਿਹੜੇ ਪਾਸੋਂ ਦਿਨ ਚੜ੍ਹਿਆ ਅੱਜ? ਵੇ ਚੰਗਾ ਹੀ ਦਿਨ ਚੜ੍ਹਿਆ, ਜਦੋਂ ਮੇਰੇ ਭਤੀਜੇ ਦਾ ਵਿਆਹ ਹੋਇਆ ਬਹੁਤ ਚੰਗਾ ਦਿਨ ਚੜ੍ਹਿਆ। ਉਹ ਮੈਂ ਤਾਂ ਐਂ ਸੋਚਦਾ ਸੀ, ਮਾਂ ਨੇ ਕਿਵੇਂ ਕਹਤਾ ਚਾਚੀ ਨੂੰ ਪਾਣੀ ਵਾਰਨ ਨੂੰ? ਵੇ ਤੇਰੀ ਚਾਚੀ ਨੀ, ਹੁਣ ਇਹ ਵੀ ਤੇਰੀ ਮਾਂ ਹੈ, ਅਸੀਂ ਦੋ ਮਾਵਾਂ ਤੇਰੇ। ਕਿਉਂ ਹੈ ਨਾ ਚੰਗੇ ਪੈੜੇ ਵਾਲੀ ਮੇਰੀ ਭਤੀਜੀ ਨੂੰ, ਸਹੀ ਗੱਲ ਜਿਹਨੇ ਦੇਖ ਦਰਾਣੀ ਜਠਾਣੀ ਨੂੰ ਮਾਵਾਂ ਬਣਾਤਾ। ਲੈ ਹੁਣ ਤਾਂ ਮੇਰੇ ਧਰਤੀ ਪੈਰ ਨੀ ਲੱਗਣੇ, ਦੋ ਦੋ ਮਾਵਾਂ ਹੋ ਗਈਆਂ। ਸਹੀ ਗੱਲ ਹੈ। ਚੱਲ ਬਾਈ, ਵਾਹਿਗੁਰੂ ਪਰਮਾਤਮਾ ਮੇਰੇ ਪੇਕੇ ਪਰਿਵਾਰ ਤੇ ਅਈ ਮਿਹਰ ਬਣਾ ਕੇ ਰੱਖੀ। ਮੂੰਹ ਜਿਠਾ ਦੇ। ਚਲੋ ਭਾਈ ਆ ਜਾਓ, ਚਲੋ ਆ ਜਾਓ ਅੰਦਰ। ਚਲੋ ਅੰਦਰ ਦੇਖ ਲੈ ਬਾਈ ਕਰਮੇ, ਜਿਹੜੀ ਗੱਲ ਹੋਣੀ ਹੁੰਦੀ ਹੈ ਉਹਨੂੰ ਕੋਈ ਵੀ ਮਾਈ ਦਾ ਲਾਲ ਨਹੀਂ ਟਾਲ ਸਕਦਾ, ਉਹ ਹੋ ਕੇ ਰਹਿੰਦੀ ਹੈ ਬਾਈ। ਰਾਜ, ਇਹ ਨਾ ਸਭ ਉਸ ਪਰਮਾਤਮਾ ਦੇ ਹੱਥ ਵੱਸ ਹੈ, ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹੀ ਹੋਣਾ ਇਨਸਾਨ ਨਾਲ, ਇਕੱਲੇ ਇਨਸਾਨ ਦਾ ਜ਼ੋਰ ਨਹੀਂ ਚੱਲਦਾ। ਕਰਮੇ ਬਾਈ, ਮੈਂ ਵੀ ਤੇਥੋਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ, ਮੈਂ ਜਾਣੇ ਅਣਜਾਣ 'ਚ ਤੁਹਾਡਾ ਬਹੁਤ ਦਿਲ ਦੁਖਾਇਆ, ਹੋ ਸਕੇ ਤਾਂ ਮੇਰਾ ਛੋਟਾ ਭਰਾ ਮੈਨੂੰ ਮਾਫ਼ ਕਰ ਦੇ। ਉਹ ਭਾਬੀ, ਕਾਹਨੂੰ ਇਹੋ ਜਿਹੀਆਂ ਗੱਲਾਂ ਕਰਦੀਆਂ, ਅਸੀਂ ਤੇਰੇ ਜਵਾਕਾਂ ਵਰਗੇ ਆ, ਫਿਰ ਕੀ ਹੋ ਗਿਆ, ਨਾਲੇ ਹਰਜੀਤ ਤੇਰਾ ਮੁੰਡਾ ਤੇਰੀ ਰਹੂਗਾ, ਆਪਾਂ ਨੂੰ ਦੇਖਣ ਨੂੰ ਹੋਰ ਕੌਣ ਆ, ਉਹੀ ਤਾਂ ਆਪਣੀ ਅੱਖਾਂ ਦਾ ਤਾਰਾ। ਉਹ ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦਾ ਵੀ ਉਹ ਕੁੜੀ ਨੇ ਆਪਣੇ ਘਰੇ ਪੈਰ ਪਾਇਆ ਅਤੇ ਸਾਰੇ ਰਾਜ ਖੁੱਲ੍ਹ ਗਏ ਆਪਣੇ ਘਰ ਦੇ। ਸਹੀ ਗੱਲ ਹੈ। ਜਿਉਂਦਾ ਰਹਿ ਕਰਮਿਆ, ਰੱਬ ਤੇਰੀ ਵੱਡੀ ਸਾਰੀ ਉਮਰ ਕਰੇ, ਤੂੰ ਮੇਰਾ ਘਰ ਰੱਖਣ ਵਾਸਤੇ ਆਪਦਾ ਇਕੱਲਾ ਇਕੱਲਾ ਪੁੱਤ ਭਾਈ ਸਾਡੀ ਝੋਲੀ ਪਾਇਆ। ਉਹ ਨਹੀਂ ਬਾਈ, ਐਂ ਨਾ ਕਹਿ, ਹੁਣ ਉਹ ਨਾ ਮੇਰਾ ਪੁੱਤ ਆ ਨਾ ਤੇਰਾ, ਆਪਣੇ ਸਾਰੇ ਪਰਿਵਾਰ ਦਾ ਸਾਂਝਾ ਪੁੱਤ ਆ ਉਹ, ਦੋ ਦੋ ਮਾਵਾਂ ਦੋ ਦੋ ਬਾਪ। ਹੈਂ, ਦੇਖ ਭੈਣੇ, ਤੂੰ ਵੀ ਮੈਨੂੰ ਮਾਫ਼ ਕਰ ਦੀ, ਮੈਂ ਤੈਨੂੰ ਬਹੁਤ ਤਾਨੇ ਮਿਹਣੇ ਦਿੰਦੀ ਰਹੀ, ਤੇਰਾ ਬਹੁਤ ਵੱਡਾ ਜਿਗਰਾ ਸੀ, ਜਿਹੜਾ ਤਾਂ ਆਪਦਾ ਪੁੱਤ ਮੇਰੀ ਝੋਲੀ ਪਾ ਕੇ ਇੱਕ ਤਾਂ ਮੇਰੀ ਜਾਨ ਬਚਾਈ ਹੈ, ਉੱਤੋਂ ਤਾਨੇ ਸੁਣੇ ਨੇਗੇ। ਇਹ ਤੇਰਾ ਕਸੂਰ ਨਹੀਂ ਭਾਬੀ, ਇਹ ਬਹੁਤ ਨੇ ਵਿਚਾਰੀਆਂ ਜਿਹਨੂੰ ਸੋਣੀਆਂ ਵਾਂਗੂ ਤਾਨੇ ਮਿਹਣੇ ਸੁਣਨੇ ਪੈਂਦੇ ਆ, ਪਰ ਰੱਬ ਦੀ ਰਾਜਾ ਤੋਂ ਬਿਨਾਂ ਨਾ ਪੱਤਾ ਵੀ ਨਹੀਂ ਝੂਲਦਾ। ਮੇਰੀਆਂ ਭੈਣਾਂ ਅੱਗੇ ਬੇਨਤੀ ਹੈ ਵੀ ਐਂ ਤਾਨੇ ਵਿਹਣੇ ਦੇ ਕੇ ਨਾ ਜਲੀਲ ਨਾ ਕਰਿਆ ਕਰੋ, ਉਹ ਤਾਂ ਪਹਿਲਾਂ ਹੀ ਰੱਬ ਦੀਆਂ ਮਾਰੀਆਂ ਹੁੰਦੀਆਂ, ਪਤਾ ਨਹੀਂ ਕਿਹੜੇ ਮਾੜੇ ਕਰਮ ਲੈ ਕੇ ਆਈਆਂ ਹੁੰਦੀਆਂ ਨੇਗੀਆਂ। ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਹਰ ਇੱਕ ਦੀ ਝੋਲੀ ਰੱਬ ਖੁਸ਼ੀਆਂ ਨਾਲ ਭਰੇ। ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ।
ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।